ਕਰਤਾ ਰਾਮਦਾਸ ਗੁਰਬਾਰੇ ਪੁਰਖ ਸ਼੍ਰੀ ਅਰਜਨ ਸੁਖਦਾਨੀ ਪੁਰਖ ਸ਼੍ਰੀ ਅਰਜਨ ਸੁਖਦਾਨੀ ਨਿਰਭਉ ਹਰਿ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ਼੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸ੍ਰੀ ਦਸ਼ਮੇਸ਼ ਸਹਾਇ ਵੱਡਿਆਂ ਭਾਗਾਂ ਵਾਲੇ ਜਿਹੜੇ ਚੱਲ ਕੇ ਸੰਗਤ ਵਿੱਚ ਆਉਂਦੇ ਵੱਡਿਆਂ ਭਾਗਾਂ ਵਾਲੇ ਲੱਗੇ ਸੰਗਤ ਵਿੱਚ ਆਉਂਦੇ ਵੱਡਿਆਂ ਭਾਗਾਂ ਵਾਲੇ ਜਿਹੜੇ ਚੱਲ ਕੇ ਸੰਗਤ ਵਿੱਚ ਆਉਂਦੇ ਸੰਗਤ ਵਿੱਚ ਆਉਂਦੇ
ਪਾਕਾਂ ਵਾਲੇ ਜਿਹੜੇ ਚੱਲ ਕੇ ਸੰਗਤ ਵਿੱਚ ਆਉਂਦੇ, ਵੱਡਿਆਂ ਪਾਕਾਂ ਵਾਲੇ ਜਿਹੜੇ ਚੱਲ ਕੇ ਸੰਗਤ ਵਿੱਚ ਆਉਂਦੇ, ਬਿਨ ਪਾਕਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਉ, ਸੰਗਤ ਮੈਲ ਭਰੀ ਜੈ ਜੀਉ, ਏ ਸ਼ਰੀਰਾ ਮੇਰਿਆ ਮੇਰਿਆ ਮੇਰਿਆ, ਜਿਤ ਜਗ ਮੈਂ ਆਏ ਕੈ ਕਿਆ ਤੁਧ ਕਰਮ ਕਮਾਇਆ, ਕਿਆ ਤੁਧ ਕਰਮ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਸੋ ਹਰ ਮਨ ਨਾ ਵਸਾਇਆ, ਜਿੰਨੀ ਐਸਾ ਹਰ ਨਾਮ ਨਾ ਜਿਤਿਓ, ਜਪਦੇ ਨਾ ਨਾਮ ਜੀ ਨੇੜੇ, ਕਾਹੇ ਜਗ ਆਏ ਨੇ ਜਪਦੇ ਨੀ ਨਾਮ ਜੇ, ਕਾਹੇ ਜਗ ਆਏ ਨੇ ਜਪਦੇ ਨੀ ਨਾਮ ਜੇ, ਕਾਹੇ ਜਗ ਆਏ ਨੇ ਚਰਨ ਕਮਲ ਕੀ ਮੌਜ ਕੋ ਕਹੂ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਪੁਰਿਆਈਆਂ ਗੁਰ ਸ਼ਬਦੀ ਇਹੋ ਮਨ ਹੋੜੀਐ, ਗੁਰ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋਡੀਐ, ਬਾਹੇ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਹੇ ਨਾ ਛੋਡੀਐ, ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਵਡਭਾਗੇ ਜਨ ਹਾਂ ਜੋ ਕਿ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹਨਾਂ ਦੀ ਪਵਿੱਤਰ ਪਾਰਗਾਹ ਦੇ ਅੰਦਰ ਸਾਰਿਆਂ ਨੂੰ ਰਲ ਮਿਲ ਕੇ ਬਹਿਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ, ਸਾਰੇ ਹੀ ਸਮੇਂ ਤੋਂ ਪੂਰਾ ਪੂਰਾ ਲਾਹਾ ਲਈਏ, ਪਹਿਲਾਂ ਪਿਆਰ ਨਾਲ ਫਤਿਹ ਬੁਲਾਈਏ, ਕੋਈ ਰਸਨਾ ਵਾਂਝੀ ਨਾ ਰਵੇ, ਇੱਕੇ ਵਾਰ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਆਇਆ ਤਾਂ ਕਾ ਸਫਲ ਹੈ ਪਰ ਉਪਕਾਰੀ ਹੋਏ,
ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਦੁਨੀਆਂ ਵਿੱਚ ਆਉਣਾ ਉਹਦਾ ਸਫਲ ਹੈ ਜਿਹੜਾ ਪਰਉਪਕਾਰੀ ਹੋਵੇ। ਹੁਣ ਪਰਉਪਕਾਰੀ ਕੌਣ ਨੇ? ਇੱਕ ਹੁੰਦਾ ਕਾਰ, ਇੱਕ ਉਪਕਾਰ, ਇੱਕ ਪਰਉਪਕਾਰ। ਹੁਣ ਕਾਰ ਤਾਂ ਆਪਾਂ ਸਾਰੇ ਹੀ ਕਰਦੇ ਹਾਂ। ਕਾਰ ਦਾ ਅਰਥ ਕੀ ਹੈ? ਆਪਣਾ ਪੇਟ ਭਰੋ, ਆਪਣੇ ਬੱਚਿਆਂ ਦਾ ਪੇਟ ਭਰੋ, ਧਨ ਦੌਲਤ ਜੋੜੋ ਆਪਣੇ ਸੁੱਖਾਂ ਵਾਸਤੇ। ਇਹ ਤਾਂ ਆਪਾਂ ਸਾਰੇ ਹੀ ਕਰ ਰਹੇ ਹਾਂ, ਆਪਣਾ ਪੇਟ ਪਾਲਦੇ ਹਾਂ, ਬੱਚਿਆਂ ਦਾ ਪਾਲਦੇ ਹਾਂ। ਜਿਹਦੀ ਥੋੜ੍ਹੀ ਜਿਹੀ ਹੋਰ ਮਤ ਉੱਚੀ ਹੋ ਗਈ, ਥੋੜ੍ਹੀ ਜਿਹੀ ਸੋਚ ਉੱਚੀ ਹੋ ਗਈ, ਉਹ ਇਦੋਂ ਅੱਗੇ ਤੁਰਦਾ, ਉਹ ਕੀ ਹੈ? ਉਪਕਾਰ। ਉਪਕਾਰ ਵਿੱਚ ਦੂਜੇ ਦਾ ਵੀ ਭਲਾ ਹੋ ਜਾਂਦਾ, ਆਪਣਾ ਵੀ ਭਲਾ ਹੋ ਜਾਂਦਾ। ਆਹ ਕੰਮ ਕਰਦੇ ਹੋ, ਉਹਦਾ ਵੀ ਭਲਾ ਹੋ ਗਿਆ, ਆਪਾਂ ਨੂੰ ਵੀ ਚਾਰ ਪੈਸੇ ਬਚ ਗਏ। ਇਹ ਹੁੰਦਾ ਉਪਕਾਰ। ਪਰ ਜਿਹੜਾ ਤੀਜਾ ਹੈ ਨਾ ਪਰਉਪਕਾਰ, ਜੋ ਬਾਣੀ ਕਹਿ ਰਹੀ ਹੈ, ਆਇਆ ਤਾਂ ਕਾ ਸਫਲ ਹੈ ਪਰਉਪਕਾਰੀ ਹੋਏ। ਪਰਉਪਕਾਰ ਕੀ ਹੈ? ਦੁੱਖ ਸਹੇ ਸਿਰ ਆਪਣੇ, ਆਪਣੇ ਆਪ ਉੱਤੇ ਦੁੱਖ ਸਹਿ ਕੇ ਆਪਣਾ ਨੁਕਸਾਨ ਕਰਾ ਕੇ ਦੂਜਿਆਂ ਦਾ ਭਲਾ ਕਰਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣਾ ਨੁਕਸਾਨ ਹੋ ਜਾਏ, ਆਪਣਾ ਕੋਈ ਫਾਇਦਾ ਨਹੀਂ। ਆਪਣੇ ਤਨ ਦੇ ਉੱਤੇ ਕਸ਼ਟ ਚੱਲ ਕੇ ਸੁਖਦਾਈ ਸਭ ਕੋਈ, ਦੂਜਿਆਂ ਨੂੰ ਸੁੱਖ ਮਿਲੇ, ਇਹ ਕੰਮ ਹੈ ਪਰਉਪਕਾਰ। ਜੋ ਮਹਾਂਪੁਰਸ਼ ਬੈਠੇ ਹਨ ਸਟੇਜ ਦੇ ਉੱਤੇ, ਹੋਰ ਗੁਰਸਿੱਖ ਸੰਗਤਾਂ, ਰੱਬ ਰੂਹਾਂ ਜਿਹੜੀਆਂ ਜਾਣਦੀਆਂ, ਪਰਉਪਕਾਰ ਇਹ ਕੋਈ ਵਿਰਲਾ ਕਰ ਸਕਦਾ, ਸਤਿਪੁਰਸ਼ ਕਰ ਸਕਦੇ ਆ। ਨਹੀਂ ਤਾਂ ਆਪਣੇ ਵਰਗੇ ਕਾਰ ਕਰ ਰਹੇ ਆ, ਕੋਈ ਉਪਕਾਰ ਵੀ ਕਰ ਲੈਂਦਾ ਪਰ ਪਰਉਪਕਾਰ ਸਾਥੋਂ ਨਹੀਂ ਹੁੰਦਾ। ਅਸੀਂ ਕਹਿੰਦੇ ਹਾਂ ਨੁਕਸਾਨ ਸਾਡਾ ਹੋਣਾ, ਦੂਜੇ ਦਾ ਫਾਇਦਾ ਹੋਣਾ, ਸਾਨੂੰ ਕੀ ਮਿਲੇਗਾ? ਅਸੀਂ ਤੇ ਕੰਮ ਹੀ ਉਹ ਕਰਨੇ ਆ ਜਿੱਥੇ ਆਪਾਂ ਨੂੰ ਫਾਇਦਾ ਹੋਵੇ। ਜਿੱਥੇ ਮਾੜਾ ਜਿਹਾ ਕੋਈ ਘਾਟਾ ਪੈਂਦਾ ਦਿਸਦਾ, ਨੁਕਸਾਨ ਦਿਸਦਾ, ਆਪਾਂ ਕਹਿੰਦੇ ਹਾਂ ਨਾ ਇਹ ਕੰਮ ਆਪਾਂ ਨਹੀਂ ਕਰਨਾ। ਜਿੱਦਾਂ ਕਿ ਬਚਨ ਇੱਕ ਪ੍ਰਚਲਿਤ ਹੈ, ਮਹਾਂਪੁਰਸ਼ ਸੀਗੇ, ਪਾਣੀ ਦੇ ਵਿੱਚ ਠੂਆਂ ਡਿੱਗਿਆ ਹੋਇਆ, ਹੱਥ ਦੇ ਨਾਲ ਉਹਨੂੰ ਬਾਹਰ ਕੱਢਦੇ ਆ, ਉਹ ਹੱਥ ਦੇ ਉੱਪਰ ਡੰਗ ਮਾਰਦਾ, ਉਹ ਫਿਰ ਬਾਹਰ ਕੱਢਦੇ ਆ, ਉਹ ਡੰਗ ਮਾਰਦਾ ਪਾਣੀ ਵਿੱਚ, ਫਿਰ ਗਿਰ ਜਾਂਦਾ। ਕੋਲ ਇੱਕ ਸੇਵਾਦਾਰ ਖੜਾ ਸੀ, ਕਹਿੰਦੇ ਮਹਾਂਪੁਰਸ਼ੋ ਆਹ ਕੀ ਕਰੀ ਜਾਂਦੇ ਹੋ? ਉਹ ਵਾਰ ਵਾਰ ਆਪ ਜੀ ਦੇ ਹੱਥ ਤੇ ਡੰਗ ਮਾਰਦਾ, ਹੱਥ ਦੇ ਵਿੱਚੋਂ ਲਹੂ ਆਉਣ ਲੱਗ ਪਿਆ, ਆਪ ਜੀ ਫਿਰ ਉਹਨੂੰ ਬਾਹਰ ਕੱਢਦੇ ਹੋ। ਕਹਿੰਦੇ ਗੁਰਸਿੱਖਾ ਉਹਦਾ ਸੁਭਾਅ ਹੈ ਡੰਗ ਮਾਰਨ ਦਾ, ਤੇ ਆਪਣਾ ਸੁਭਾਅ ਹੈ ਭਲਾ ਕਰਨ ਦਾ। ਉਹ ਆਪਣਾ ਸੁਭਾਅ ਨਹੀਂ ਛੱਡ ਸਕਦਾ, ਅਸੀਂ ਆਪਣਾ ਸੁਭਾਅ ਕਿਉਂ ਛੱਡੀਏ? ਜਦੋਂ ਲੈ ਕੇ ਇਹ ਸਿੱਖਿਆ ਹੀ ਸਾਰਾ ਕੁਛ ਉਹਨੇ ਹੈ ਡੰਗ ਮਾਰਨਾ ਦੂਜਿਆਂ ਨੂੰ ਸਾਰੀ ਉਮਰ। ਇਸੇ ਤਰ੍ਹਾਂ ਹੀ ਗੁਰਬਾਣੀ ਕਹਿੰਦੀ ਹੈ ਪਿਰਕੇ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਇੱਕ ਦਰਗਾਹ ਚੋਂ ਲਿਖਾ ਕੇ ਆਏ ਹੈ ਕਿ ਦੁਨੀਆਂ ਤੇ ਜਾਓ ਸਾਰੀ ਉਮਰ ਤੁਸੀਂ ਮਾੜਾ ਹੀ ਬੋਲਦੇ ਰਹੋਗੇ, ਜਿਹਨੂੰ ਬੋਲੋਗੇ ਕੌੜਾ ਹੀ ਬੋਲੋਗੇ, ਤੱਤਾ ਹੀ ਬੋਲੋਗੇ। ਉਹਨਾਂ ਨੇ ਚੱਜ ਦੀ ਗੱਲ ਨਹੀਂ ਕਰਨੀ, ਉਹ ਇੱਥੇ ਸੰਗਤ ਵਿੱਚ ਵੀ ਆ ਕੇ ਉਹਨਾਂ ਨੇ ਕਮੀਆਂ ਲੱਭਣ ਲੱਗ ਪੈਣਾ। ਕਿਹਦੀ ਪੱਗ ਨਹੀਂ ਸੋਹਣੀ ਬੰਨੀ ਹੋਈ, ਕਿਹਦੇ ਚੋਲਾ ਨਹੀਂ ਵਧੀਆ ਪਾਇਆ ਹੋਇਆ, ਬਾਕੀ ਤਾਂ ਠੀਕ ਆ, ਸੁਰ ਚ ਕਮੀ ਰਹਿ ਗਈ, ਆ ਚਿਮਟੇ ਚ ਕਮੀ ਰਹਿ ਗਈ, ਮਾਫ ਕਰਨਾ ਉਹਨਾਂ ਨੇ ਔਗਣ ਹੀ ਲੱਭਣਾ, ਉਹਨਾਂ ਨੇ ਗਲਤ ਹੀ ਬੋਲਣਾ। ਪਰ ਇੱਕ ਤੱਤੇ ਇੱਕ ਬੋਲਣ ਮਿੱਠੇ, ਇੱਕ ਦਰਗਾਹ ਚੋਂ ਲਿਖਾ ਕੇ ਆਏ ਆ, ਉਹਨਾਂ ਸਾਰੀ ਉਮਰ ਮਿੱਠੇ ਹੀ ਬੋਲਣਾ, ਉਹਨਾਂ ਸਾਰਿਆਂ ਦਾ ਸਤਿਕਾਰ ਹੀ ਕਰਨਾ, ਆਪਣੇ ਆਪ ਨੂੰ ਨੀਵੇਂ ਦੱਸਣਾ। ਜਿੰਨੇ ਮਰਜ਼ੀ ਗੁਣ ਹੋਣ ਆਪਣੇ ਆਪ ਵਿੱਚ, ਪਰ ਉਹਨਾਂ ਨੇ ਕਹਿਣਾ ਕਬੀਰ ਸਭ ਤੇ ਹਮ ਬੁਰੇ, ਅਸੀਂ ਤਾਂ ਸਾਰਿਆਂ ਤੋਂ ਮਾੜੇ ਹਾਂ। ਹਮ ਤਜ ਭਲੋ ਸਭ ਕੋਈ, ਸਵਾ 6 ਅਰਬ ਕਰੋੜ ਦੀ ਬਾਦੀ ਹੈ ਪੂਰੇ ਸੰਸਾਰ ਦੀ। ਉਹਨਾਂ ਨੇ ਕਹਿਣਾ ਜਿੰਨੇ ਵੀ ਹਨ 6.25 ਅਰਬ ਕਰੋੜ ਦੇ ਵਿੱਚੋਂ ਸਭ ਤੋਂ ਮੈੜਾ ਮੈਂ ਹੀ ਹਾਂ, ਬਾਕੀ ਜਿੰਨੇ ਵੀ ਹੈ ਸਾਰੇ ਮੇਰੇ ਨਾਲੋਂ ਚੰਗੇ ਹੈ। ਜਿਨ ਐਸਾ ਕਰ ਪੂਜਿਆ ਮੀਤ ਹਮਾਰਾ ਸੋਏ, ਤਾਂ ਪਰਮਾਤਮਾ ਨੂੰ ਵੀ ਚੰਗਾ ਉਹੀ ਲੱਗਦਾ ਜਿਹੜਾ ਨੀਵਾਂ ਹੋ ਜਾਏ। ਆਪਸ ਕੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ। ਮਹਾਰਾਜ ਕਹਿੰਦੇ ਉਹ ਮੇਰੀ ਨਿਗਾਹ ਦੇ ਵਿੱਚ ਸਭ ਤੋਂ ਉੱਚਾ ਜਿਹਨੂੰ ਨੀਵਾਂ ਹੋਣਾ ਆ ਗਿਆ। ਪਰ ਮਾਫ ਕਰਨਾ ਆਪਾਂ ਨੂੰ ਨੀਵਾਂ ਹੋਣਾ ਨਹੀਂ ਆਉਂਦਾ। ਇੱਥੇ ਆ ਕਰਕੇ ਵੀ ਆਪਾਂ ਔਗਣ ਹੀ ਕੇਵਲ, ਪਰ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ, ਉਹਨਾਂ ਦੇ ਬਹਿਣੀ ਦੇ ਵਿੱਚ ਪਤਾ ਲੱਗ ਜਾਂਦਾ, ਬੋਲਾਂ ਦੇ ਵਿੱਚ ਪਤਾ ਲੱਗ ਜਾਂਦਾ। ਉਹ ਜਦੋਂ ਪਰਮਾਤਮਾ ਨੂੰ
ਗੁਰੂ ਗ੍ਰੰਥ ਸਾਹਿਬ ਜੀ ਨੂੰ ਆ ਕੇ ਮੱਥਾ ਟੇਕਣ ਜੀ ਉਹਨਾਂ ਦੇ ਮੱਥਾ ਟੇਕਣ ਜੀ ਪਤਾ ਲੱਗ ਜਾਂਦਾ ਇਹ ਪਿਆਰ ਕਰਦਾ ਕਿ ਨਹੀਂ। ਬਹੁਤੇ ਤਾਂ ਮੇਰੇ ਵਰਗੀ ਅਰਦਾਸ ਹੁੰਦੀ ਹੈ ਬਸ ਜਦੋਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਭਾਈ ਸਾਹਿਬ ਨੇ ਗੱਲ ਕਹੀ ਮਾੜਾ ਜਿਹਾ ਧਰਤੀ ਤੇ ਹੱਥ ਲਾਉਣਾ ਉਹੀ ਹੱਥ ਮੱਥੇ ਨੂੰ ਲਾ ਲੈਂਦੇ। ਚਲੋ ਜਿਹੜੇ ਬਜ਼ੁਰਗ ਹੈ ਉਹਨਾਂ ਦੀ ਤਾਂ ਗੱਲ ਹੋਰ ਹੈ ਕਿ ਥੱਲੇ ਝੁਕਿਆ ਨਹੀਂ ਜਾਂਦਾ, ਗੋਡੇ ਨਹੀਂ ਕੰਮ ਕਰਦੇ। ਆ ਕਈ ਨੌਜਵਾਨ ਵੀ ਦੇਖਿਆ ਥੱਲੇ ਮਾੜਾ ਜਿਹਾ ਬਸ ਹੱਥ ਲਾਇਆ ਮੱਥੇ ਨੂੰ ਲਾ ਲਿਆ, ਕੀ ਗੱਲ ਭਾਈ ਗੋਡਿਆਂ ਦੇ ਵਿੱਚ ਸਰੀਏ ਪਏ ਹੋਏ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੀ ਗੱਲ ਤੂੰ ਪਰਮਾਤਮਾ ਦੇ ਅੱਗੇ ਆਪਣਾ ਸਿਰ ਵੀ ਨਹੀਂ ਝੁਕਾ ਸਕਦਾ, ਨੀਵਾਂ ਵੀ ਨਹੀਂ ਹੋ ਸਕਦਾ। ਮੱਥਾ ਟੇਕਣ ਤੋਂ ਹੀ ਪਤਾ ਲੱਗ ਜਾਂਦਾ ਇਹਦਾ ਜੀਵਨ ਕਿੱਡਾ ਕੁ ਤਕੜਾ ਹੈ, ਕਿੱਥੋਂ ਕੁ ਤੱਕ ਇਹਦੀ ਪਹੁੰਚ ਹੈ, ਕਿੱਥੋਂ ਕੁ ਤੱਕ ਸੁਰਤ ਕੰਮ ਕਰਦੀ ਹੈ। ਪਰ ਆਓ ਰਹੋ ਵਿਚਾਰ, ਆਪਾਂ ਅੱਜ ਪਹਿਲਾ ਦਿਨ ਹੈ ਯੂਪੀ ਦੀ ਧਰਤੀ ਦੇ ਉੱਪਰ ਸਤਿਗੁਰਾਂ ਦੀ ਕਿਰਪਾ ਹੋਈ, ਆਪਾਂ ਨੂੰ ਬਹਿਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਜੋ ਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਕੋਈ ਸੰਸਾਰ ਦੇ ਵਿੱਚ 14 ਕਲਾ ਲੈ ਕੇ ਆਇਆ, ਕੋਈ 16 ਕਲਾ ਲੈ ਕੇ ਆਇਆ, ਪਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ। ਦਰਗਾਹ ਦੇ ਵਿੱਚ ਭਾਈ ਗੁਰਦਾਸ ਜੀ ਲਿਖਦੇ ਹੈ, ਬਾਬਾ ਪੈਂਦਾ ਸੱਚਖੰਡ, ਸੱਚਖੰਡ ਦੇ ਵਿੱਚ ਅਕਾਲ ਪੁਰਖ ਨਾਲ ਸਵਾਲ ਜਵਾਬ ਹੋ ਰਹੇ ਹੈ, ਤੁਸੀਂ ਮਾਤ ਲੋਕ ਤੇ ਕੀ ਲੈ ਕੇ ਜਾਣਾ, ਕਿੰਨੀਆਂ ਕਲਾ ਲੈ ਕੇ ਜਾਣੀਆਂ, ਪਰ ਮੇਰੇ ਸਤਿਗੁਰੂ ਕਹਿੰਦੇ ਮੈਨੂੰ ਕੋਈ ਕਲਾ ਨਹੀਂ ਚਾਹੀਦੀ। ਬਾਬਾ ਪੈਂਦਾ ਸੱਚਖੰਡ ਨੌ ਨਿਦ ਗਜਾ ਗਰੀਬੀ ਲਿਆਇਆ। ਜਿੱਦਾਂ ਆਪਾਂ ਨੌ ਗਜਾ ਪੀਰ ਤਾਂ ਸੁਣਿਆ ਹੀ ਹੋਣਾ, ਕਿੱਡੀ ਲੰਮੀ ਸਮਾਧ ਹੈ ਉਹਦੀ, ਏਡੀ ਲੰਮੀ ਝੋਲੀ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਹਾਰਾਜ ਮੇਰੀ ਝੋਲੀ 'ਚ ਗਰੀਬੀ ਪਾ ਦਿਓ। ਅਕਾਲ ਪੁਰਖ ਕਹਿਣ ਲੱਗੇ ਗਰੀਬੀ ਗਰੀਬੀ ਦਾ ਕੀ ਕਰੋਗੇ, ਕਹਿੰਦੇ ਗਰੀਬੀ ਮੇਰੇ ਕੋਲ ਹੋਵੇਗੀ ਮੈਂ ਦੁਨੀਆਂ ਤੇ ਜਾਵਾਂਗਾ। ਦੁਨੀਆਂ ਦੇ ਉੱਪਰ ਹੋਰ ਬਹੁਤ ਗਏ ਨਵੀਂ ਅਵਤਾਰ ਔਲੀਏ, ਪਰ ਕਿਧਰੇ ਨਾ ਕਿਧਰੇ ਜਾ ਕੇ ਉਹਨਾਂ ਨੇ ਆਪਣਾ ਨਾਮ ਹੀ ਜਪਾਇਆ, ਪਰ ਮੈਂ ਦੁਨੀਆਂ 'ਚ ਜਾਣਾ, ਮੈਂ ਕਿਧਰੇ ਨਹੀਂ ਕਹਿਣਾ ਲੋਕਾਂ ਨੂੰ ਨਾਨਕ ਨਾਨਕ ਜਪੋ ਤੁਸੀਂ ਜਾਂ ਮੇਰਾ ਨਾਂ ਲੈ ਕੇ। ਮਹਾਰਾਜ ਕਹਿੰਦੇ ਨਾ, ਆਪਣਾ ਨਾਮ ਤਾਂ ਮੈਂ ਜਪਾਉਣਾ ਨਹੀਂ, ਮੈਂ ਤਾਂ ਨਾਮ ਜਪਾਉਣਾ ਅਕਾਲ ਪੁਰਖ ਦਾ ਵਾਹਿਗੁਰੂ, ਜਿਹੜਾ ਗੁਰੂ ਹੈ ਸਭ ਦਾ, ਅਕਾਲ ਪੁਰਖ ਪਰਮਾਤਮਾ ਜਿਹਨੇ ਸ੍ਰਿਸ਼ਟੀ ਬਣਾਈ ਆ, ਸਾਰੇ ਜੀਵ ਜੰਤੂ ਬਣਾਏ, ਮੈਂ ਤਾਂ ਉਹਦਾ ਨਾਮ ਜਪਣਾ। ਇਸ ਕਰਕੇ ਗਰੀਬੀ ਦਿਓ ਤਾਂ ਕਿ ਮੈਂ ਇਹਨਾਂ ਗਰੀਬਾਂ ਦੇ ਵਿੱਚ ਬਹਿ ਕਰਕੇ ਇਹਨਾਂ ਦਾ ਦੁੱਖ ਸੁਣ ਸਕਾਂ, ਇਹਨਾਂ ਦੇ ਦੁੱਖ ਦੂਰ ਕਰ ਸਕਾਂ। ਤਾਂ ਸਾਧ ਸੰਗਤ ਜੀ, ਉਹ ਸਤਿਗੁਰੂ ਧੁਰ ਤੋਂ ਹੀ ਗਰੀਬੀ ਦੀ ਦਾਤ ਲੈ ਕਰਕੇ ਆਏ, ਮਾਤ ਲੋਕ ਦੇ ਉੱਤੇ ਆਉਣਾ ਕੀਤਾ। ਮਹਿਤਾ ਕਾਲੂ ਜੀ, ਮਾਤਾ ਤ੍ਰਿਪਤਾ ਜੀ, ਸਤਿਗੁਰਾਂ ਨੇ ਸੰਸਾਰ ਦੇ ਉੱਪਰ ਆ ਕਰਕੇ ਅਨੇਕਾਂ ਜੀਵਾਂ ਦਾ ਭਲਾ ਕਰਨਾ ਕੀਤਾ। ਜੇ ਆਪ ਜੀ ਦਾ ਹੁਕਮ ਹੋਵੇ ਤਾਂ ਕੁਛ ਕੁ ਲੰਗਰ ਮੰਗ ਕੇ ਲੈ ਆਈਏ, ਆਪਾਂ ਲੰਗਰ ਪ੍ਰਸ਼ਾਦਾ ਛਕ ਲਈਏ, ਭੁੱਖ ਬਹੁਤ ਲੱਗੀ ਹੈ, ਮਰਦਾਨੇ ਆ, ਜਿਵੇਂ ਤੇਰੀ ਮਰਜ਼ੀ, ਜਾ ਮੰਗ ਲਿਆ, ਗਜਾ ਇਕੱਠੀ ਕਰ ਲਿਆ। ਜਿੱਦਾਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਆਉਂਦੇ ਹਨ ਗਾਜੀ ਸਿੰਘ, ਉਸੇ ਤਰ੍ਹਾਂ ਜਾ ਮੰਗ ਲਿਆ, ਹੁਣ ਮਰਦਾਨਾ ਜਿਹੜਾ ਮੰਗਣ ਵਾਸਤੇ ਗਿਆ। ਉੱਥੋਂ ਦੇ ਲੋਕ ਜਿਹੜੇ ਸੀਗੇ ਬਹੁਤ ਮਾੜੇ ਸੀਗੇ, ਜਿਸ ਵੀ ਘਰ ਜਾਇਆ ਕਰਦੇ ਨੇ ਪਰ ਕੋਈ ਭਿੱਖਿਆ ਦੇਣ ਵਾਸਤੇ ਤਿਆਰ ਨਹੀਂ ਹੁੰਦਾ। ਮਰਦਾਨਾ ਕਹਿੰਦਾ ਮੈਂ ਕੋਈ ਮਾਇਆ ਮੰਗਣ ਵਾਸਤੇ ਨਹੀਂ ਆਇਆ, ਆ ਥੋੜ੍ਹੀ ਜਿਹੀ ਸਬਜ਼ੀ ਪ੍ਰਸ਼ਾਦੇ ਦੇ ਦਿਓ, ਭੁੱਖ ਬਹੁਤ ਲੱਗੀ ਹੈ, ਸਾਧੂ ਜਨ ਹਾਂ, ਰੱਬ ਦਾ ਕੀਰਤਨ ਗਾਇਨ ਕਰਦੇ ਹਾਂ, ਨਾਮ ਜਪਣੇ ਆ, ਕਥਾ ਵਿਚਾਰ ਕਰਨੇ ਆ, ਇਸ ਕਰਕੇ ਕਿਰਪਾ ਕਰਕੇ ਥੋੜ੍ਹਾ ਜਿਹਾ ਲੰਗਰ ਪ੍ਰਸ਼ਾਦਾ ਸਾਨੂੰ ਦੇ ਦਿਓ। ਪਰ ਜਿਹਦੇ ਘਰ ਜਾਂਦਾ ਅੱਗੋਂ ਲੋਕ ਕਹਿੰਦੇ ਆ ਇੱਥੇ ਲੰਗਰ ਨਹੀਂ, ਇੱਥੇ ਕਿਹੜਾ ਪਕਾ ਕੇ ਗਏ ਸੀ ਤੁਸੀਂ ਮੰਗਣ ਆ ਗਏ, ਬਣਾਈਏ ਅਸੀਂ, ਮਿਹਨਤ ਅਸੀਂ ਕਰੀਏ, ਖਾ ਤੁਸੀਂ ਜਾਓ, ਇਹ ਕਿੱਦਾਂ ਗੱਲ ਹੋ ਸਕਦੀ ਹੈ। ਕਹਿੰਦੇ ਇੱਥੇ ਕੋਈ ਲੰਗਰ ਨਹੀਂ, ਚਲੇ ਜਾਓ। ਚੱਲਦਿਆਂ ਚੱਲਦਿਆਂ ਮਰਦਾਨਾ ਕਈਆਂ ਦੇ ਘਰ ਜਾਂਦਾ ਪਰ ਕੋਈ ਲੰਗਰ ਦੇਣ ਵਾਸਤੇ ਤਿਆਰ ਨਹੀਂ। ਅਖੀਰ ਨੂੰ ਜਿੱਦਾਂ ਅੱਜ ਕੱਲ੍ਹ ਦੇ ਸਮਿਆਂ 'ਚ ਆਪਾਂ ਦੇਖਦੇ ਹਾਂ ਹੋਟਲ ਬਣੇ ਹੋਏ ਨੇ, ਢਾਬੇ ਬਣੇ ਹੋਏ ਨੇ, ਇੱਦਾਂ ਇੱਕ ਦੁਕਾਨ ਤੇ ਜਾ ਕੇ ਮਰਦਾਨਾ ਕਹਿੰਦਾ ਸੀ ਸਾਧੂ ਜਨ ਹਾਂ, ਕਿਰਪਾ ਕਰੋ ਸਾਨੂੰ ਲੰਗਰ ਪ੍ਰਸ਼ਾਦਾ ਦੇ ਦਿਓ, ਥੋੜ੍ਹਾ ਜਿਹਾ ਭੁੱਖ ਲੱਗੀ ਹੈ। ਪਰ ਉਹ ਅੱਗੋਂ ਕਹਿੰਦੇ ਆ ਜੇ ਤਾਂ ਮਾਇਆ ਹੈ ਕੋਲ ਤਾਂ ਲੰਗਰ ਪ੍ਰਸ਼ਾਦਾ ਛਕ ਲਓ, ਨਹੀਂ ਤਾਂ ਕੋਈ ਲੰਗਰ ਨਹੀਂ। ਮਰਦਾਨਾ ਹੱਕ ਹਾਰ ਕੇ ਸਤਿਗੁਰਾਂ ਕੋਲ ਵਾਪਸ ਆ ਗਿਆ। ਸਤਿਗੁਰੂ ਕਹਿੰਦੇ ਮਰਦਾਨਿਆ ਖਾਲੀ ਵਾਪਸ ਤੁਰਿਆ ਆਉਂਦਾ,
ਲੰਗਰ ਪ੍ਰਸ਼ਾਦਾ ਨਹੀਂ ਕੋਈ ਰਸਤ ਵਸਤ ਨਹੀਂ ਲੈ ਕੇ ਆਇਆ ਮਹਾਰਾਜ ਕੀ ਕਰੀਏ ਹੁਣ ਤਾਂ ਮੈਂ ਜਿਹਦੇ ਕੋਲ ਵੀ ਗਿਆ ਪੈਸੇ ਦੇ ਯਾਰ ਨੇ ਪੈਸੇ ਦੇ ਯਾਰ ਨੇ ਮਤਲਬ ਦੀ ਹੋ ਗਈ ਦੁਨੀਆ ਬਦੀ ਹੋ ਗਈ ਦੁਨੀਆ ਮਤਲਬ ਦੀ 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 ਹੋ ਗਈ ਦੁਨੀਆ ਗੱਲ ਸੀਮਤ ਹੋ ਗਈ ਮਾੜੇ ਦਾ ਕੋਈ ਨਾ ਦਰਦੀ ਮਾੜੇ ਦਾ ਕੋਈ ਨਾ ਦਰਦੀ ਉਹ ਮਾੜੇ ਦਾ ਕੋਈ ਨਾ ਦਰਦੀ 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 ਵੱਡਿਆਂ ਦੇ ਯਾਰ ਨੇ ਮਾੜੇ ਦਾ ਕੋਈ ਨਾ ਦਰਦੀ ਮਹਾਰਾਜ ਹੁਣ ਤਾਂ ਮਾਇਆ ਤੱਕ ਦੀ ਗੱਲ ਸੀਮਤ ਰਹਿ ਗਈ ਹੁਣ ਤਾਂ ਕਿਰਪਾ ਹੋ ਗਈ ਸਤਿਗੁਰਾਂ ਦੀ ਬਾਣੀ ਪੜ੍ਹ ਪੜ੍ਹ ਕੇ ਸੁਣ ਸੁਣ ਕੇ ਕਥਾ ਵਿਚਾਰ ਆਪਾਂ ਰੋਜ਼ ਸੁਣਨੇ ਆ ਕਿੰਨੇ ਪ੍ਰਚਾਰਕ ਪ੍ਰਚਾਰ ਕਰ ਰਹੇ ਹਨ ਕਿਰਪਾ ਹੋ ਗਈ
ਹੁਣ ਤਾਂ ਘਰ ਘਰ ਦੇ ਵਿੱਚ ਹੀ ਸਾਧ ਸੰਗਤ ਜੀ ਧਰਮਸ਼ਾਲ ਵਾਲੀ ਗੱਲ ਹੈ। ਜਿੱਥੇ ਮਰਜ਼ੀ ਚਲੇ ਜਾਓ ਲੰਗਰ ਪ੍ਰਸ਼ਾਦਾ ਤਾਂ ਮਿਲ ਹੀ ਜਾਂਦਾ ਹੈ, ਪਰ ਉਹਨਾਂ ਸਮਿਆਂ ਦੇ ਵਿੱਚ ਲੋਕ ਕੇਵਲ ਮਤਲਬ ਤੱਕ ਹੀ ਸੀਮਤ ਰਹਿ ਗਏ ਸੀ। ਇਸੇ ਕਰਕੇ ਸਤਿਗੁਰਾਂ ਨੂੰ ਦੁਨੀਆ ਦੇ ਉੱਪਰ ਆਉਣਾ ਪਿਆ। ਮਰਦਾਨਾ ਕਹਿੰਦਾ, ਮਹਾਰਾਜ ਤੁਸੀਂ ਮਾਇਆ ਨੂੰ ਹੱਥ ਨਹੀਂ ਲਾਉਂਦੇ, ਪਰ ਮਾਇਆ ਬਿਨਾਂ ਬਹੁਤ ਬੇਕਦਰੀ ਹੁੰਦੀ ਹੈ, ਇਸ ਕਰਕੇ ਮਹਾਰਾਜ ਥੋੜ੍ਹੀ ਬਹੁਤੀ ਮਾਇਆ ਆਪਾਂ ਵੀ ਇਕੱਠੀ ਕਰ ਲਈਏ, ਚਾਰ ਪੈਸੇ ਹੋਣਗੇ ਲੋਕ ਵੱਧ ਕਦਰ ਕਰਿਆ ਕਰਨਗੇ। ਮਰਦਾਨਿਆਂ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਵ ਨਾ ਹੋਏ। ਇਸ ਯੁਗ ਮੈਂ ਸੋਭਾ ਨਾਮ ਕੀ ਬਿਨ ਨਾਵੇ ਸੋਭ ਨਾ ਹੋਏ, ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ। ਮਾਇਆ ਦੀ ਸੋਭਾ ਤਾਂ ਕੇਵਲ ਚਾਰ ਦਿਨ ਦੀ ਹੈ। ਚਾਰ ਦਿਨ ਕੋਠੀ ਵੱਡੀ ਦੇ ਵਿੱਚ ਆਪਾਂ ਰਹਿ ਲਾਂਗੇ, ਮਹਿੰਗੀਆਂ ਗੱਡੀਆਂ 'ਚ ਘੁੰਮ ਲਵਾਂਗੇ, ਵਧੀਆ ਪਦਾਰਥ ਖਾ ਲਵਾਂਗੇ, ਪਰ ਜਦੋਂ ਦੁਨੀਆ ਤੋਂ ਜਾਣਾ ਕਿਸੇ ਦੇ ਨਾਲ, ਕਦੀ ਦੇਖੀ ਮਾਇਆ ਜਾਂਦੀ? ਜਾਂ ਕੋਈ ਕਹੇ ਕਿ ਆਪਣਾ ਘਰ ਵੀ ਉਹ ਨਾਲ ਹੀ ਲੈ ਗਿਆ, ਮਹਿੰਗੀਆਂ ਗੱਡੀਆਂ ਨਾਲ ਹੀ ਲੈ ਗਿਆ, ਨਹੀਂ, ਸਭ ਕੁਛ ਇੱਥੇ ਹੀ ਰਹਿ ਜਾਣਾ। ਇਸ ਕਰਕੇ ਤਾਂ ਚਾਰ ਦਿਨ ਦੀ ਸੋਭਾ ਮਹਾਰਾਜ ਕਹਿੰਦੇ। ਕਾਚਾ ਧਨ ਸੰਚੈ ਮੂਰਖ ਗਾ ਵਾਰ, ਕਬੀਰ ਕੌਡੀ ਕੌਡੀ ਜੋਰ ਕੇ ਜੋਰੇ ਲੱਖ ਕਰੋ, ਚਲਦੀ ਬਾਰ ਨਾ ਕੱਛ ਮਿਲਿਓ, ਲਈ ਲੰਗੋਟੀ ਤੋ ਕੌਡੀ ਕੌਡੀ ਜੋੜ ਕੇ ਜੋੜੇ ਲੱਖ ਕਰੋੜ। ਜਿਹਦੇ ਕੋਲ ਪੰਜਾਹ ਨੇ ਉਹ ਕਹਿੰਦਾ ਸੌ ਇਕੱਠਾ ਕਰ ਲਵਾਂ, ਜਿਹਦੇ ਕੋਲ ਸੌ ਹੈ ਉਹ ਕਹਿੰਦਾ ਪੰਜ ਸੌ ਹੋ ਜੇ, ਪੰਜ ਸੌ ਵਾਲਾ ਕਹਿੰਦਾ ਹਜ਼ਾਰ ਹੋ ਜੇ, ਹਜ਼ਾਰ ਵਾਲਾ ਕਹਿੰਦਾ ਦਸ ਹਜ਼ਾਰ, ਦਸ ਹਜ਼ਾਰ ਵਾਲਾ ਕਹਿੰਦਾ ਲੱਖ ਹੋ ਜੇ, ਲੱਖ ਤੋਂ ਫਿਰ ਗਾਂਹ ਕਰੋੜਾਂ ਤੱਕ ਗੱਲ ਪਹੁੰਚ ਜਾਂਦੀ ਹੈ। ਇਨਸਾਨ ਦਾ ਮਨ ਰੱਜਦਾ ਨਹੀਂ, ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਾ ਪੂਰੀਆਂ। ਸਾਈਕਲ ਵਾਲਾ ਕਹਿੰਦਾ ਮੇਰੇ ਥੱਲੇ ਸੋਹਣੀ ਕਾਰ ਹੋਵੇ, ਕਾਰ ਵਾਲਾ ਕਹਿੰਦਾ ਮੇਰੀ ਹਵਾ 'ਚ ਅਡਾਰ ਹੋਵੇ, ਵੇਖਦਾ ਜਹਾਜ਼ ਨਾਲੇ ਵੱਟਦਾ ਏ ਘੂਰੀਆਂ, ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਾ ਪੂਰੀਆਂ। ਸਾਈਕਲ ਵਾਲਾ ਕਹਿੰਦਾ ਮੇਰੇ ਕੋਲ ਕਾਰ ਹੋਵੇ, ਜਿਹੜਾ ਕਾਰ 'ਚ ਬੈਠਾ ਉਹ ਕਹਿੰਦਾ ਹੁਣ ਹਵਾ 'ਚ ਅਡਾਰ ਹੋਵੇ ਜਹਾਜ਼ ਵਿੱਚ। ਇਹ ਤ੍ਰਿਸ਼ਨਾ ਹੈ ਸਾਧ ਸੰਗਤ ਜੀ, ਜਿੱਦਾਂ ਅੱਗ ਨੂੰ ਜਿੰਨਾ ਮਰਜ਼ੀ ਵਧਾਈ ਚੱਲੋ, ਲੱਕੜਾਂ ਲਾਈ ਚੱਲੋ, ਅੱਗ ਨੇ ਕੋਈ ਕਹਿਣਾ ਥੋੜ੍ਹੀ ਹੈ ਕਿ ਬਸ ਕਰੋ ਮੈਂ ਥੱਕ ਗਈ, ਜਿੰਨੀਆਂ ਲੱਕੜਾਂ ਲਾਈ ਚੱਲਾਂਗੇ ਅੱਗ ਨੇ ਵਧੀ ਜਾਣਾ। ਇਸੇ ਤਰ੍ਹਾਂ ਇਹ ਮੋਹ ਮਾਇਆ ਦੇ ਜਾਲ 'ਚੋਂ ਜਿਹੜਾ ਤਾਂ ਨਿਕਲ ਗਿਆ, ਉਹਦੀ ਤਾਂ ਜੇਬ 'ਚ ਨਾ ਵੀ ਹੋਏਗੀ, ਉਹਨੂੰ ਸਬਰ ਆ ਜਾਣਾ, ਆਪਣੇ ਗੁਰੂ 'ਤੇ ਭਰੋਸਾ ਹੋਣਾ ਕਿ ਗੁਰੂ ਨੇ ਦੇ ਦੇਣੀ ਆ ਲੰਗਰ ਪ੍ਰਸ਼ਾਦਾ। ਪੱਲੇ ਰਿਜਕ ਨਾ ਬੰਨਦੇ ਪੰਛੀ ਤੇ ਦਰਵੇਸ਼, ਆ ਹਵਾ ਦੇ ਵਿੱਚ ਪੰਛੀ ਉੱਡਦੇ ਆ, ਜੰਗਲ 'ਚ ਜਾਨਵਰ ਰਹਿੰਦੇ ਆ, ਆਪਾਂ ਇਨਸਾਨ ਤਾਂ ਛੇ ਛੇ ਮਹੀਨਾ ਦਾ ਪਹਿਲਾਂ ਹੀ ਰਾਸ਼ਨ ਆਟਾ ਪਹਿਲਾਂ ਹੀ ਘਰਾਂ 'ਚ ਜਮ੍ਹਾਂ ਕੀਤਾ, ਦਾਲਾਂ ਰੱਖੀਆਂ ਨੇ, ਪਰ ਆ ਜਿਹੜੇ ਜਾਨਵਰ ਜਾਂ ਪਸ਼ੂ ਪੰਛੀ ਉੱਡ ਰਹੇ ਨੇ, ਇਹਨਾਂ ਨੇ ਕੋਈ ਆਪਣਾ ਜਮ੍ਹਾਂ ਥੋੜ੍ਹੀ ਰੱਖਿਆ, ਪਰ ਹਰ ਰੋਜ਼ ਪਰਮਾਤਮਾ ਉਹਨਾਂ ਨੂੰ ਦੇ ਰਿਹਾ। ਪੱਲੇ ਰਿਜਕ ਨਾ ਬੰਨਦੇ ਪੰਛੀ ਤੇ ਦਰਵੇਸ਼, ਜਿੰਨਾ ਭਰੋਸਾ ਰੱਬ ਦਾ ਉਹਨਾਂ ਰਿਜਕ ਹਮੇਸ਼, ਉਹਨਾਂ ਨੂੰ ਕਦੀ ਰਿਜਕ ਦੀ ਕਮੀ ਨਹੀਂ ਆਉਂਦੀ ਜਿਹਨਾਂ ਨੂੰ ਆਪਣੇ ਗੁਰੂ ਦੇ ਉੱਤੇ ਭਰੋਸਾ ਹੋਵੇ। ਕਹਿੰਦਾ ਮਹਾਰਾਜ ਮਾਇਆ ਹੋਵੇ ਤਾਂ ਫਿਰ ਗੱਲ ਬਣਦੀ ਹੈ। ਮਹਾਰਾਜ ਕਹਿੰਦੇ ਬੜੇ ਬੜੇ ਜੋ ਦਿਸੈ ਲੋਕ, ਮਹਾਰਾਜ ਕਹਿੰਦੇ ਮਰਦਾਨਿਆਂ ਇਹ ਦੂਰੋਂ ਹੀ ਦਿਸਦੇ ਆ ਜੇ ਕਿ ਬੜੇ ਸੁਖੀ ਹੈ, ਪਰ ਜਦੋਂ ਅੰਦਰ ਜਾ ਕੇ ਵੇਖੀਏ ਇਹਨਾਂ ਵਰਗਾ ਕੋਈ ਦੁਖੀ ਨਹੀਂ। ਮਹਾਰਾਜ ਚੱਲ ਪਏ ਮਰਦਾਨਾ ਨਾਲ, ਤੁਰਿਆ ਜਾ ਰਿਹਾ, ਇੱਕ ਸ਼ਾਹੂਕਾਰ ਦੇਖਿਆ, ਸੇਠ ਬੜੇ ਚਿੱਟੇ ਵਸਤਰ ਪਹਿਨੇ ਹੋਏ ਨੇ, ਕੱਪੜੇ ਪਹਿਨੇ ਹੋਏ ਨੇ, ਹੱਥਾਂ 'ਚ ਸੋਨੇ ਦੀਆਂ ਮੁੰਦੀਆਂ, ਗਲ 'ਚ ਸੋਨੇ ਦੀ ਚੈਨ ਪਹਿਨੀ ਹੋਈ ਹੈ। ਮਰਦਾਨਾ ਕਹਿੰਦਾ ਮਹਾਰਾਜ ਜ਼ਿੰਦਗੀ ਤਾਂ ਇਹਦੀ ਹੈ, ਕਿੰਨਾ ਸੁਖੀ ਹੈ, ਕਿੰਨਾ ਸੋਨਾ ਪਹਿਨਿਆ ਹੋਇਆ, ਕਿੱਡੇ ਚਿੱਟੇ ਕੱਪੜੇ ਪਹਿਨੇ ਆ, ਵਸਤਰ ਸਾਫ, ਜ਼ਿੰਦਗੀ ਤਾਂ ਇਹਦੀ ਹੈ, ਆਪਾਂ ਤੋਂ ਫਿਰ ਟਾਈਮ ਪਾਸ ਹੀ ਕਰ ਰਹੇ ਹਾਂ। ਮਰਦਾਨੇ ਆ ਤੈਨੂੰ ਇਹ ਦਿਸ ਰਿਹਾ ਸੁਖੀ,
ਜਿਵੇਂ ਕਿ ਚਾਟੀ ਦੇ ਵਿੱਚ ਮਧਾਣੀ ਉਹਦੇ ਵਿੱਚ ਚੱਲਦੀ ਹੈ ਰਿੜਕਣੀ ਬਾਹਰੋਂ ਤਾਂ ਚਾਟੀ ਲੱਗਦੀ ਹੈ ਬਹੁਤ ਵਧੀਆ ਪਰ ਮਧਾਣੀ ਤਾਂ ਅੰਦਰ ਪਈ ਹੋਈ ਹੈ ਨਾ ਅੰਦਰ ਦੇਖੋ ਕਿੱਦਾਂ ਚੱਕਰੀ ਘੁੰਮੀ ਹੋਈ ਹੈ ਅੰਦਰ ਉਹੀ ਹਾਲ ਆਪਣਾ ਹੈ ਬਾਹਰੋਂ ਆਪਾਂ ਚਾਟੀਆਂ ਦੇਖਦੇ ਹਾਂ ਬਾਹਰੋਂ ਕੱਪੜੇ ਦੇਖਣੇ ਆ ਕੋਠੀਆਂ ਦੇਖਣੇ ਆ ਪਰ ਉਹਦਾ ਮਨ ਨਹੀਂ ਦੇਖਦੇ ਕਿ ਅੰਦਰੋਂ ਕਿੰਨਾ ਕੁ ਦੁਖੀ ਹੈ ਰਾਤ ਨੂੰ ਉਹਨੂੰ ਨੀਂਦ ਵੀ ਪੈਂਦੀ ਹੈ ਕਿ ਨਹੀਂ ਪੈਂਦੀ ਕਹਿੰਦਾ ਨਹੀਂ ਮਹਾਰਾਜ ਇਹਨੂੰ ਤਾਂ ਕੋਈ ਦੁੱਖ ਹੋ ਨਹੀਂ ਸਕਦਾ ਤੁਸੀਂ ਤਾਂ ਐਵੇਂ ਕਰੀ ਜਾਂਦੇ ਹੋ ਕਹਿੰਦੇ ਚੱਲ ਫਿਰ ਮਰਦਾਨੇ ਦੇ ਕੋਲ ਚੱਲੀਏ ਮਹਾਰਾਜ ਮਰਦਾਨੇ ਨੂੰ ਲਿਆ ਨਾਲ ਆ ਗਏ ਆ ਕੇ ਕੀ ਦੇਖਿਆ ਸ਼ਾਹੂਕਾਰ ਜਿਹੜਾ ਬੈਠਾ ਹੋਇਆ ਕੁਰਸੀ ਦੇ ਉੱਪਰ ਦੁਕਾਨ ਦੇ ਵਿੱਚ ਗਾਹਕ ਆ ਰਹੇ ਹੈ ਸਮਾਨ ਲੈ ਕੇ ਬਹੁਤ ਪੈਸੇ ਕਮਾ ਰਿਹਾ ਬੈਠਾ ਹੋਇਆ ਕੁਰਸੀ ਦੇ ਉੱਪਰ ਜਦੋਂ ਉਹਨੇ ਸਾਧੂਆਂ ਨੂੰ ਦੇਖਿਆ ਤਾਂ ਉਹਦੀ ਭੁੱਬ ਨਿਕਲ ਗਈ ਮਹਾਰਾਜ ਦੇ ਚਰਨਾਂ ਦੇ ਉੱਪਰ ਢਹਿ ਪਿਆ ਮਰਦਾਨਾ ਦੇਖ ਕੇ ਹੈਰਾਨ ਕੀ ਗੱਲ ਬਈ ਤੂੰ ਰੋਂਦਾ ਕਿਉਂ ਹੈ ਹਾਸਾ ਕਿਉਂ ਨੀ ਤੇਰੇ ਚਿਹਰੇ ਤੇ ਮਹਾਰਾਜ ਕੀ ਗੱਲ ਦੱਸਾਂ ਹੁਣ ਮੈਨੂੰ ਦੱਸਦਿਆਂ ਵੀ ਬਹੁਤ ਸ਼ਰਮ ਆਉਂਦੀ ਹੈ ਕਹਿੰਦੇ ਨਹੀਂ ਤੂੰ ਸਾਨੂੰ ਦੱਸ ਆਪਣਾ ਤੂੰ ਦੁੱਖ ਖੋਲ ਕੇ ਦੱਸ ਤੇਰਾ ਕੀ ਦੁੱਖ ਹੈ ਕਹਿੰਦਾ ਸਤਿਗੁਰੂ ਮੈਂ ਕੁਛ ਦਿਨ ਪਹਿਲਾਂ ਬਿਮਾਰ ਹੋ ਗਿਆ ਸੀ ਮੰਜੀ ਤੇ ਪੈ ਗਿਆ ਸੀ ਬਹੁਤ ਜ਼ਿਆਦਾ ਬਿਮਾਰ ਹੋਣ ਕਰਕੇ ਜਿਹੜੀ ਤਬੀਅਤ ਢਿੱਲੀ ਹੋਣ ਲੱਗ ਪਈ ਚੱਲਦਿਆਂ ਚੱਲਦਿਆਂ ਕਹਿੰਦੇ ਘਰ ਵਾਲੀ ਨੂੰ ਵੀ ਚਿੰਤਾ ਰਹਿਣ ਲੱਗ ਪਈ ਕਹਿੰਦੇ ਘਰ ਵਾਲੀ ਵੀ ਬਹੁਤ ਬਿਮਾਰ ਹੋ ਗਈ ਸਾਡਾ ਬਹੁਤ ਪ੍ਰੇਮ ਸੀ ਆਪਸ ਦੇ ਵਿੱਚ ਦੋਨਾਂ ਦਾ ਕਹਿੰਦੇ ਮੈਂ ਤਾਂ ਠੀਕ ਸੀ ਪਰ ਮੇਰੀ ਘਰ ਵਾਲੀ ਦੀ ਜ਼ਿਆਦਾ ਹੀ ਤਬੀਅਤ ਢਿੱਲੀ ਹੋ ਗਈ ਜ਼ਿਆਦਾ ਹੀ ਉਹਨੂੰ ਰੋਗਾਂ ਨੇ ਘੇਰ ਲਿਆ ਕਿਰਨ ਵੀ ਕਿਉਂ ਨਾ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ ਪਰਮਾਤਮਾ ਨੂੰ ਭੁੱਲ ਕਰਕੇ ਝੂਠੇ ਭੋਗ ਪਲਾਸਿਆਂ ਦੇ ਵਿੱਚ ਫਸੇ ਹੋਏ ਆ ਚੁਗਲੀ ਨਿੰਦਿਆ 'ਚ ਫਸੇ ਹੋਏ ਆ ਫਿਰ ਜੇ ਸ਼ੂਗਰ ਹੋ ਗਈ ਬੀਪੀ ਵੱਧ ਘਟਣ ਲੱਗ ਪਿਆ ਟੀਵੀ ਹੋ ਗਈ ਫਿਰ ਆਪਾਂ ਕਹਿੰਦੇ ਅਸੀਂ ਤਾਂ ਕੋਈ ਮਾੜਾ ਕੀਤਾ ਨਹੀਂ ਅਸੀਂ ਤਾਂ ਕੋਈ ਪਾਪ ਕੀਤਾ ਨਹੀਂ ਇਹ ਰੋਗ ਪਤਾ ਨਹੀਂ ਕਿਉਂ ਹੋ ਗਏ ਪਰ ਬਾਣੀ ਕਹਿੰਦੀ ਹੈ ਤੂੰ ਰੱਬ ਨੂੰ ਭੁੱਲ ਕੇ ਆ ਝੂਠੀ ਦੁਨੀਆ ਦੇ ਨਾਲ ਮੋਹ ਪਿਆਰ ਜਿੰਨਾ ਮਰਜ਼ੀ ਵਧਾਈ ਚੱਲ ਇੱਕ ਦਿਨ ਆਏਗਾ ਸਰੀਰ ਦੇ ਉੱਪਰ ਰੋਗ ਪੈਦਾ ਹੋ ਜਾਣਗੇ ਘਰ ਵਾਲੀ ਕਹਿੰਦੇ ਜ਼ਿਆਦਾ ਬਿਮਾਰ ਹੋ ਗਈ ਤਾਂ ਉਹਨੇ ਮੇਰੇ ਤੋਂ ਬਚਨ ਲਿਆ ਕਹਿੰਦੀ ਮੈਨੂੰ ਲੱਗਦਾ ਹੁਣ ਮੈਂ ਦੁਨੀਆ ਤੇ ਨਹੀਂ ਰਹਿਣਾ ਮੈਂ ਦੁਨੀਆ ਤੋਂ ਚਲੀ ਜਾਣਾ ਪਰ ਮੇਰੇ ਮਗਰੋਂ ਤੁਸੀਂ ਹੋਰ ਸ਼ਾਦੀ ਕਰਾ ਲਵੋਗੇ ਕਿਉਂਕਿ ਤਕੜੇ ਬੰਦੇ ਨੂੰ ਤਾਂ ਰਿਸ਼ਤੇ ਵੀ ਬੜੇ ਹੈ ਮਾੜੇ ਵਾਸਤੇ ਔਖਾ ਹੁੰਦਾ ਲੋਕੀ ਇਹ ਨਹੀਂ ਦੇਖਦੇ ਕਿ ਮੁੰਡਾ ਵਧੀਆ ਪੜ੍ਹਾਈ ਲਿਖਾਈ ਵਧੀਆ ਕੀਤੀ ਹੈ ਇਹਦਾ ਨੇਚਰ ਵਧੀਆ ਬੋਲ ਬਾਣੀ ਵਧੀਆ ਸਭ ਤੋਂ ਪਹਿਲਾਂ ਪੁੱਛਦੇ ਆ ਜੀ ਕਿੱਲੇ ਕਿੰਨੇ ਆਉਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੈਸਾ ਕਿੰਨਾ ਕੁ ਕੋਲ ਇਹਦੇ ਧਨ ਦੌਲਤ ਇਹਦੇ ਕੋਲ ਕਿੰਨਾ ਕੁ ਹੈ ਇਹ ਨਹੀਂ ਦੇਖਦੇ ਕਿ ਮਤੇ ਨਸ਼ਾ ਪੱਤਾ ਕਰਦਾ ਹੋਵੇ ਬਾਅਦ ਚੋਂ ਸਾਡੀ ਲੜਕੀ ਔਖੀ ਹੋ ਜੇ ਨਾ ਜੀ ਕਹਿਣਗੇ ਕੋਠੀ ਵੱਡੀ ਹੈ ਕਿ ਨਹੀਂ ਆਪਾਂ ਬਸ ਇਹੀ ਕੁਛ ਵੇਖ ਕੇ ਮੁੜ ਆਉਂਦੇ ਹਾਂ ਫਿਰ ਕਹਿੰਦੇ ਆ ਜੀ ਤਲਾਕ ਕਿਉਂ ਹੋ ਗਏ ਦੁਖੀ ਕਿਉਂ ਹੋ ਗਏ ਕਹਿੰਦੇ ਘਰ ਵਾਲੀ ਜ਼ਿਆਦਾ ਬਿਮਾਰ ਹੋ ਗਈ ਉਹ ਕਹਿੰਦੀ ਤੈਨੂੰ ਸਾਖ ਕੋਈ ਹੋਰ ਹੋ ਜਾਣਾ ਤੂੰ ਮੈਨੂੰ ਬਚਨ ਦੇ ਜੇ ਮੈਂ ਮਰ ਗਈ ਮੇਰੇ ਮਗਰੋਂ ਤੂੰ ਹੋਰ ਕੋਈ ਸ਼ਾਦੀ ਨਹੀਂ ਕਰਦਾ ਹੋਰ ਵਿਆਹ ਨਹੀਂ ਕਰਦਾ ਕਹਿਣ ਲੱਗਾ ਬਚਨ ਤਾਂ ਔਖਾ ਹੀ ਹੈ ਪਰ ਕੋਈ ਗੱਲ ਨਹੀਂ ਜੇ ਹੁਣ ਤੂੰ ਕਹਿੰਦੀ ਹੈ ਮੈਂ ਤੇਰੇ ਮਗਰੋਂ ਸ਼ਾਦੀ ਨਹੀਂ ਕਰਦਾ ਮੇਰਾ ਤੇਰੇ ਨਾਲ ਬਹੁਤ ਪ੍ਰੇਮ ਪਿਆਰ ਹੈ ਪਰ ਕਹਿੰਦੇ ਗੱਲ ਹੋਈ ਉਲਟੀ ਥੋੜ੍ਹੇ ਕੁ ਦਿਨ ਬਾਅਦ ਉਹਦੀ ਜਿਹੜੀ ਸਿਹਤ ਠੀਕ ਹੋਣ ਲੱਗ ਪਈ ਤਾਂ ਮੈਂ ਆਪਣੇ ਸਰੀਰ ਨੂੰ ਖਤਮ ਕਰ ਲਿਆ ਆਪਣੇ ਲਿੰਗ ਨੂੰ ਖਤਮ ਕਰ ਲਿਆ ਸਰੀਰ ਨੂੰ ਨੱਕ ਪੁਸਤਕ ਬਣ ਗਿਆ ਪਰ ਹੌਲੀ ਹੌਲੀ ਘਰ ਦੀ ਸਿਹਤ ਚੰਗੀ ਹੋਣ ਲੱਗ ਪਈ ਠੀਕ ਹੋਣ ਲੱਗ ਪਈ ਮਹਾਰਾਜ ਹੁਣ ਕੀ ਦੱਸਾਂ ਮੈਂ ਵੇਖਣ ਦਾ ਹੀ ਇਸ ਘਰ ਦਾ ਮਾਲਕ ਹਾਂ ਪਰ ਮੈਂ ਅਸਲ ਦੇ ਵਿੱਚ ਹਾਂ ਨੌਕਰ ਔਰ ਜਿਹੜਾ ਮੇਰਾ ਨੌਕਰ ਸੀ ਹੁਣ ਮੇਰੀ ਘਰ ਵਾਲੀ ਆਪਸ ਦੇ ਵਿੱਚ ਮਹਾਰਾਜ ਉਹਦਾ ਪਤੀ ਵਾਲਾ ਧਰਮ ਬਣਿਆ ਹੋਇਆ ਉਹਦੇ ਨਾਲ ਮੈਂ ਤੇ ਇੱਕ ਨਾਮ ਦਾ ਹੀ ਪਤੀ ਹਾਂ ਉਹਦਾ ਅਸਲ ਵਿੱਚ ਤਾਂ ਪਤੀ ਉਹ ਬਣਿਆ ਹੋਇਆ ਮਹਾਰਾਜ ਹੁਣ ਮੈਂ ਆਪਣਾ ਦੁੱਖ ਨਾ ਕਿਸੇ ਅੱਗੇ ਦੱਸਣ ਜੋਗਾ ਅੰਦਰੋਂ ਅੰਦਰੇ ਮੇਰਾ ਜੀ ਕਰਦਾ ਹੈ ਇਸ ਦੁਨੀਆ ਦੇ ਉੱਤੇ ਤੂੰ ਰਹਿ ਕਿਉਂ ਮਾਰੀ ਜਾ ਕੁਛ ਖਾ ਕੇ ਮਰ ਜਾ ਆਤਮ ਹੱਤਿਆ ਕਰ ਲੈ ਆਪਣੀ ਇੰਨਾ ਮਨ ਮੇਰਾ ਦੁਖੀ ਰਹਿੰਦਾ ਮਹਾਰਾਜਾ ਮੈਂ ਮਾਇਆ ਦਾ ਕੀ ਕਰਨਾ ਨਾ ਮੈਨੂੰ ਮਾਇਆ ਚੰਗੀ ਲੱਗਦੀ ਹੈ ਨਾ ਮੈਨੂੰ ਇਹ ਗੱਦੇ ਚੰਗੇ ਲੱਗਦੇ ਆ ਜਿਨ੍ਹਾਂ ਦੇ ਉੱਤੇ ਸੁੱਤਾ ਹੋਇਆ ਇਸੇ ਕਰਕੇ ਬਾਣੀ ਕਹਿੰਦੀ ਹੈ ਕਿ ਜਿੱਥੇ ਆਪਾਂ ਖੜੇ ਹੋਏ ਹਾਂ ਆਪਾਂ ਠੀਕ ਹਾਂ ਜੋ ਮੈਂ ਚਿਤਵੋ ਨਾ ਕਰੇ ਕਿਆ ਮੇਰੇ ਚਿਤਵੇ ਹੋਏ
ਆਪਣਾ ਚਿਤ ਵਿਆ ਹਰ ਕਰੇ ਜੋ ਮੇਰੇ ਮਨ ਨਾ ਹੋਏ। ਸਤਿਗੁਰਾਂ ਦੀ ਬਾਣੀ ਨੇ ਅਲੱਗ ਅਲੱਗ ਭਾਵਨਾ ਦੇ ਵਿੱਚ ਸਮਝਾਣਾ ਕੀਤਾ, ਮਰਦਾਨਿਆਂ ਲੈ ਵੇਖ ਲੈ ਤੂੰ ਤਾਂ ਕਹਿੰਦਾ ਸਹਿ ਸੁਖੀ ਬਹੁਤ ਨੇ, ਇਹਦੇ ਕੋਲ ਧਨ ਬਹੁਤ ਹੈ ਸੁਖੀ ਹੈ, ਹੁਣ ਦੱਸ। ਮਰਦਾਨੇ ਦੇ ਹੱਥ ਜੁੜ ਕੇ ਪੈਰਾਂ ਦੇ ਉੱਪਰ ਢਹਿ ਪਿਆ, ਮਰਦਾਨਿਆਂ ਆਪਣੀ ਲੈਣ ਹੋਰ ਹੈ, ਆਪਾਂ ਨਾ ਬਹੁਤੀ ਮਾਇਆ ਇਕੱਠੀ ਕਰਨੀ ਹੈ ਨਾ ਆਪਾਂ ਜਗਤ ਦੇ ਨਾਲ ਬਹੁਤਾ ਬੋਲਣਾ। ਬਹੁਤੇ ਲੋਕ ਤਾਂ ਚੁਗਲੀ ਨਿੰਦਿਆ ਦੇ ਵਿੱਚ ਹੀ ਸਾਰਾ ਦਿਨ ਆਪਣਾ ਟਾਈਮ ਟਪਾ ਲੈਂਦੇ ਆ, ਮਾੜੇ ਕੰਮਾਂ ਦੇ ਵਿੱਚ ਹੱਸ ਖੇਡ ਕੇ, ਪਰ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ ਜਗਤ ਨਾਲ ਬੋਲਦੇ ਜਿਨ੍ਹਾਂ ਨੇ ਤੇਰਾ
कमाई कीती होवे सिमरन कीता होवे ओ दुनिया दे नाल कहिंदे बहुता ज्यादा नहीं बोलिया करदे अपनी मस्ती दे विच रिहा करदे ने पर जिहड़े अजकल दे नकली गुरु ਉਹਨਾਂ ਦੀ ਜੇ ਆਪਾਂ ਨੇ ਕਮਾਈ ਵੇਖਣੀ ਹੋਵੇ ਨਾ ਨਾਲ ਦੇ ਸੇਵਾਦਾਰਾਂ ਨਾਲ ਵੇਖਿਆ ਕਰੋ ਉਹਨਾਂ ਦੀ ਵਡਿਆਈ ਉਹਨਾਂ ਤੋਂ ਹੀ ਪਤਾ ਲੱਗ ਜਾਂਦੀ ਹੈ ਗੁਰੂ ਜਿਨ੍ਹਾਂ ਦੇ ਨੱਚਣੇ ਚੇਲੇ ਜਾਣ ਛੱਡਾ ਮਹਾਰਾਜ ਦੀ ਬਾਣੀ ਕਹਿ ਰਹੀ ਹੈ ਕਹਿੰਦੇ ਕਿਸੇ ਸਾਧੂ ਸੰਤ ਦਾ ਮਹਾਤਮਾ ਦਾ ਜੀਵਨ ਦੇਖਣਾ ਹੋਵੇ ਪਹਿਲਾਂ ਨਾਲ ਦਿਆਂ ਦਾ ਜੀਵਨ ਦੇਖੋ ਉਹਨਾਂ ਦੇ ਕੋਲ ਥੋੜ੍ਹੀ ਜਿਹੀ ਗੱਲਬਾਤ ਕਰੋ ਉੱਥੋਂ ਹੀ ਪਤਾ ਲੱਗ ਜਾਏਗਾ ਇਹਨਾਂ ਦਾ ਕਿੰਨਾ ਕੁ ਜੀਵਨ ਹੈ ਜਾਂ ਕਿੰਨੀ ਕੁ ਸੋਚ ਉੱਚੀ ਇਹਨਾਂ ਦੀ ਪਹੁੰਚੀ ਹੋਈ ਹੈ ਸਤਿਗੁਰੂ ਇਸੇ ਤਰ੍ਹਾਂ ਕਹਿੰਦੇ ਮਰਦਾਨਿਆਂ ਵੇਖ ਲਿਆ ਹੁਣ ਪੈਸੇ ਨਾਲ ਸੁੱਖ ਨਹੀਂ ਮਿਲਦਾ ਹਾਂ ਮਹਾਰਾਜ ਹੁਣ ਮੈਨੂੰ ਯਕੀਨ ਹੋ ਗਿਆ ਮਹਾਰਾਜ ਚੱਲ ਪਏ ਚੱਲਦਿਆਂ ਚੱਲਦਿਆਂ ਬਗਦਾਦ ਦੀ ਧਰਤੀ ਦੇ ਉੱਪਰ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜਾ ਕਰਕੇ ਬਗਦਾਦ ਦੀ ਧਰਤੀ ਦੇ ਉੱਪਰ ਮਰਦਾਨੇ ਨੂੰ ਕਹਿੰਦੇ ਰਬਾਬ ਖੋਲ ਕਹਿੰਦਾ ਮਹਾਰਾਜ ਇੱਥੇ ਕਿੱਦਾਂ ਰਬਾਬ ਖੋਲੀਏ ਇੱਥੇ ਜਿੰਨੇ ਜਿੰਨੇ ਰਬਾਬ ਵਜਾਈ ਹੈ ਜਾਂ ਕੀਰਤਨ ਕੀਤਾ ਉਹਨੂੰ ਜੇਲ੍ਹ ਦੇ ਵਿੱਚ ਸੁੱਟ ਦਿੰਦੇ ਆ ਇਹ ਆਪਣਾ ਭਾਰਤ ਨਹੀਂ ਹਿੰਦੁਸਤਾਨ ਨਹੀਂ ਜਿੱਥੇ ਆਪਾਂ ਕੀਰਤਨ ਕਰਾਂਗੇ ਮੁਸਲਮਾਨਾਂ ਦੇ ਵਿੱਚ ਇੱਥੇ ਰਾਗ ਦੇ ਉੱਪਰ ਮਨਾਈ ਹੈ ਸੰਗੀਤ ਤੇ ਮਨਾਈ ਹੈ ਇਹ ਕੇਵਲ ਇੱਥੇ ਕਥਾ ਹੀ ਕਰਦੇ ਨੇ ਕਹਿੰਦੇ ਮਰਦਾਨਿਆਂ ਕਿਹੜੇ ਗ੍ਰੰਥ ਦੇ ਵਿੱਚ ਲਿਖਿਆ ਕਿ ਕੀਰਤਨ ਕਰਨਾ ਮਨਾਈ ਹੈ ਸਾਜ ਵਜਾਣੇ ਮਨਾਈ ਹੈ ਉਹਨਾਂ ਦੇ ਗ੍ਰੰਥ ਵਿੱਚ ਲਿਖਿਆ ਹੋਵੇ ਉਹਨਾਂ ਨੂੰ ਮੁਬਾਰਕ ਪਰ ਸਾਨੂੰ ਤਾਂ ਕਿਧਰੇ ਅਕਾਲ ਪੁਰਖ ਨੇ ਡੱਕਿਆ ਨੇ ਇਸ ਕਰਕੇ ਸਾਡੇ ਉੱਤੇ ਕਿਸੇ ਦੀ ਕੋਈ ਪਾਬੰਦੀ ਨੂੰ ਤੂੰ ਕੀਰਤਨ ਸ਼ੁਰੂ ਕਰ ਮਰਦਾਨੇ ਨੇ ਕੀਰਤਨ ਸ਼ੁਰੂ ਕਰ ਦਿੱਤਾ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੈ ਨਾਓ ਕਹਿੰਦੇ ਮਨਮੁਖ ਬੰਦੇ ਲਈ ਨਾ ਮੋਤੀਆਂ ਦਾ ਮੰਦਰ ਬਣਾ ਦਿੱਤਾ ਜਾਵੇ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ ਫਿਰ ਕਹਿੰਦੇ ਮੋਤੀਆਂ ਦਾ ਮੰਦਰ ਹੋਵੇ ਮੋਤੀਆਂ ਦਾ ਘਰ ਉਹਦੇ ਉੱਪਰ ਰਤਨ ਜਵਾਹਰ ਜੜੇ ਹੋਣ ਕਸਤੂਰ ਕੁੰਗੂ ਅਗਰ ਚੰਦਨ ਜਿੱਦਾਂ ਆਪਾਂ ਹੁਣ ਸ਼ੈਂਟ ਵਗੈਰਾ ਛਿੜਕ ਦਿੰਦੇ ਹਾਂ ਕਹਿੰਦੇ ਵਾਸ਼ਨਾ ਦੇ ਤੌਰ ਤੇ ਕਸਤੂਰੀ ਰੱਖ ਦੇਵੇ ਅੰਦਰ ਕੁੰਗੂ ਰੱਖ ਦੇ ਚੰਦਨ ਦੀ ਲੱਕੜੀ ਬਨਸਪਤੀ ਵਿੱਚ ਸਭ ਤੋਂ ਮਹਿੰਗੀ ਹੈ ਚੰਦਨ ਦੀ ਲੱਕੜੀ ਰੱਖ ਦਿੱਤੀ ਜਾਵੇ ਪਰ ਕਹਿੰਦੇ ਮਤ ਦੇਖ ਭੂਲਾ ਵਿਸਰੈ ਕਹਿੰਦੇ ਮਨਮੁੱਖ ਨੂੰ ਇੰਨਾ ਕੁਛ ਵੀ ਮਿਲ ਜਾਵੇ ਉਹ ਵੀ ਥੋੜ੍ਹਾ ਹੈ ਕਿਉਂਕਿ ਉਹਨੇ ਵੇਖ ਕੇ ਸਭ ਕੁਛ ਭੁੱਲ ਜਾਣਾ ਇੰਨਾ ਕੁ ਭੁੱਲ ਜਾਣਾ ਤੇਰਾ ਚੇਤਨਾ ਆਵੈ ਕਿ ਉਹਨੂੰ ਤੇਰਾ ਨਾਮ ਵੀ ਯਾਦ ਨਹੀਂ ਰਹਿਣਾ ਨਾਮ ਜਪਣਾ ਵੀ ਉਹਨੇ ਭੁੱਲ ਜਾਣਾ ਇਸੇ ਕਰਕੇ ਫਿਰ ਅੱਗੇ ਕਹਿੰਦੇ ਹਰ ਬਿਨ ਜੀਉ ਜਲ ਬਲ ਜਾਉ ਮੈਂ ਆਪਣਾ ਗੁਰਪੁੱਛ ਦੇਖਿਆ ਅਵਰ ਨਾਹੀਂ ਥਾਉ ਜਿਨ੍ਹਾਂ ਨੂੰ ਤੇਰੀ ਯਾਦ ਭੁੱਲ ਗਈ ਪਰਮਾਤਮਾ ਉਹ ਸੜ ਬਲ ਕਿਉਂ ਨਹੀਂ ਜਾਂਦੇ ਉਹਨਾਂ ਦਾ ਸਰੀਰ ਮੱਚ ਕਿਉਂ ਨਹੀਂ ਜਾਂਦਾ ਜਿਹੜੇ ਤੇਰੀ ਯਾਦ ਭੁੱਲੀ ਬੈਠੇ ਹਨ ਅੱਗੇ ਕਹਿੰਦੇ ਫਿਰ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਜਿਹੜਾ ਮੋਤੀਆਂ ਦਾ ਘਰ ਹੈ ਉੱਪਰ ਹੀਰੇ ਜਵਾਹਰਾਤ ਜੜੇ ਹੋਏ ਨੇ ਧਰਤੀ ਦੇ ਉੱਪਰ ਜਿਵੇਂ ਆਪਾਂ ਫਰਸ਼ ਪਾਉਂਦੇ ਹਾਂ ਨਾ ਸੀਮਟ ਦਾ ਜਾਂ ਪੱਥਰ ਲਵਾ ਲੈਂਦੇ ਹਾਂ ਟੈਲਾਂ ਬਣੀਆਂ ਹੋਈਆਂ ਕਹਿੰਦੇ ਫਰਸ਼ ਦੀ ਜਗ੍ਹਾ ਟੈਲਾਂ ਦੀ ਜਗ੍ਹਾ ਤੂੰ ਉੱਥੇ ਵੀ ਧਰਤੀ ਤਾਂ ਹੀਰੇ ਲਾਲ ਜੜਤੀ ਧਰਤੀ ਤੇ ਵੀ ਲਾਲ ਜੜਾ ਦੇ ਹੀਰੇ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਜਿਹੜੇ ਤੂੰ ਪਲੰਗੇ ਤੇ ਸੌਣਾ ਉਹ ਵੀ ਲੱਕੜ ਦੇ ਉੱਪਰ ਸਾਰੇ ਦੇ ਲਾਲ ਜੜੇ ਹੋਣ ਪਰ ਮਨਮੁੱਖ ਬੰਦੇ ਨੂੰ ਜੇ ਇੰਨਾ ਕੁਛ ਵੀ ਰੱਬ ਦੇ ਦੇਵੇ ਨਾ ਜਿਹੜੇ ਕਹਿੰਦੇ ਆ ਕੇਵਲ ਕਿ ਸੁੱਖ 'ਚ ਹੀ ਨਾਮ ਜਪਿਆ ਜਾਂਦਾ ਜੇ ਸਾਡੇ ਕੋਲ ਪੈਸਾ ਬਹੁਤਾ ਹੁੰਦਾ ਧਨ ਬਹੁਤਾ ਹੁੰਦਾ ਤਾਂ ਅਸੀਂ ਨਾਮ ਜ਼ਿਆਦਾ ਜਪਦੇ ਸੁੱਖ ਜ਼ਿਆਦਾ ਹੁੰਦੇ ਨਾਮ ਜ਼ਿਆਦਾ ਜਪਦੇ ਹੁਣ ਕੰਮ ਕਾਰ ਵੱਧ ਕਰਨਾ ਪੈਂਦਾ ਕੰਮ 'ਚ ਹੀ ਸਮਾਂ ਲੰਘ ਜਾਂਦਾ ਮਹਾਰਾਜ ਕਹਿੰਦੇ ਜੇ ਰੱਬ ਉਹਨਾਂ ਨੂੰ ਇੰਨਾ ਵੀ ਦੇ ਦੇਵੇ ਨਾ ਫਰਸ਼ ਦੀ ਜਗ੍ਹਾ ਵੀ ਉਹਨੇ ਹੀਰੇ ਵਿਛਾਏ ਹੋਣ ਜਿਹੜੇ ਪਲੰਗ 'ਤੇ ਸੋਵੇ ਉਹਦੇ 'ਤੇ ਵੀ ਲਾਲ ਜੜੇ ਹੋਣ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੈ ਨਾ ਕਹਿੰਦੇ ਉਹਨੇ ਇੰਨਾ ਕੁਛ ਵੇਖ ਕੇ ਵੀ ਭੁੱਲ ਜਾਣਾ ਹੈ ਕਿੰਨਾ ਭੁੱਲ ਜਾਣਾ ਹੈ ਕਿ ਤੇਰਾ ਨਾਮ ਵੀ ਉਹਨੂੰ ਚੇਤਾ ਨਹੀਂ ਆਉਣਾ ਫਿਰ ਅੱਗੇ ਲਿਖਦੇ ਹਨ ਜੇ ਇੰਨਾ ਵੀ ਥੋੜ੍ਹਾ ਸਿੱਧ ਹੋਵਾ ਸਿੱਧ ਲਾਈ ਰਿੱਧ ਆਖਾ ਆਓ ਕਹਿੰਦੇ ਭਗਤੀ ਕਰਕੇ ਕਰਾਮਾਤਾਂ ਦਾ ਮਾਲਕ ਬਣ ਜਾਵੇ ਸਿੱਧ ਬਣ ਜਾਵੇ ਕਿੰਨੀਆਂ ਕੁ ਕਰਾਮਾਤਾਂ ਹੋਣ ਗੁਪਤ ਪ੍ਰਗਟ ਹੋਏ ਬੈਸ
अपनी शक्ति दे नाल कदी गुप्त हो जाए कदी प्रगट हो जाए कदी अलोप हो जाए कदी लोकां दे सामने आ जाण लोक भी डरन लोक भी कहण के बाबा बहुत करामाती आखो सतनाम श्री वाहिगुरु किंदे सिद्ध बन जावा सिद्ध हुआ सिद्ध लाई रिद आखा आओ गुप्त प्रगट होए बैसा लोक राखै पाओ पर केंद्र मत देख भूला विसरै तेरा चेतना आवै नाओ जे ए भी थोड़ा सुल्तान हुआ मेल लश्कर राजा बन जावा लश्कर नाल फौजा कठिया करके मेरे एक इशारे ते मेरिया लखा फौजा बन जान एक इशारे ते अपनिया जाना मारन नूं तैयार होण सुल्तान हुआ मेल लक्षर तख्त राखा पाओ ते तख्त दी उपर मैं बह जा राजा बन जावा जे इन्ना कुछ भी मिल जावे ना सारा कुछ मोतियां दा घर होवे हीरियां दा धरती ते हीरे जड़े होण पलंग जड़े होण बहुत तकड़ा सिद्ध बन जावे उदो बाद अगे कहिंदे फिर राजा भी बन जावे कहिंदे जे इन्ना कुछ भी होवे हुक्म हासिल करी बैठा नानका सब वाओ कहिंदे परमात्मा ये सब कुछ एक वादी तरह जिदा हवा आउंदी है आया पुल्ला बौण दा चढ़िया कख आकाश जो हवा तेज होवे ना धरती ते कख पिया होवे जिहड़ा वह भी आकाश च चढ़ जांदा जो हवा तेज आउंदी है पर कहिंदे टैंदा टैंदा टै गया कख कखां दे पास जदो हवा माड़ी जी रुक जे ओही कक फिर धरती ते आके डिगदा आखो सतनाम श्री वाह इसे तरह जदो कृपा करदा अपनी मेहर रहमत करदा बहुत कुछ मिलदा पर जदो खो लवे फिर जान लग्या भी देर नहीं लंघदी इसे करके कहिंदे है कि परमात्मा जे तेरा मैनू नाम भुले ना गुरु नानक साहब कहिंदे है साढ़ बल जाऊं हर दिन आके खुशी दे गीत गा रहे हैं नानक भवजल पार परे हैं जो गावे प्रभ के गीत ता उतों दे मुसलमान लोग कठे होके आ गए कहिंदे आवाज कित्थों आउंदी है साज कित्थे वजदे है इत्थे ही बस नहीं हत्थां दे विच वट्टे चुक ले जिदे हथ च डांग आई उहने डांग फड़ ली जिदे इट आई इट फड़ ली कहिंदे आवाज कित्थों आउंदी है किहड़े बोलदे है मारन वास्ते सतगुरां नूं तैयार हो गए हत्थां दे विच वट्टे फड़े हुए है सतगुरां वल दौड़े पर जदों सतगुरां दे कोल आए सतगुरां नूं मारन लगे ना
ਇਕਦਮ ਵੇਖਿਆ ਚਿਹਰੇ ਦੇ ਉੱਪਰ ਜਲਾਲ ਬਹੁਤ ਹੈ, ਇਕਦਮ ਸਭ ਦੇ ਹੱਥ ਰੁਕ ਗਏ। ਪਰ ਇੱਥੇ ਬਸ ਨਹੀਂ, ਕਹਿੰਦੇ ਏਦਾਂ ਕਰੋ ਇਹਨਾਂ ਨੂੰ ਆਪਾਂ ਪੀਰ ਦੇ ਕੋਲ ਲੈ ਚੱਲੀਏ। ਦਸਤਗੀਰ ਪੀਰ ਜੀ ਦਾ ਨਾਮ ਸੀ, ਉਹਦੀ ਸੁਲਤਾਨ ਦੇ ਨਾਲੋਂ ਵੀ ਵੱਡੀ ਉਹਨਾਂ ਸਮਿਆਂ ਦੇ ਵਿੱਚ ਪਾਵਰ ਸੀ, ਰਾਜੇ ਤੋਂ ਵੀ ਵੱਡੀ ਪਾਵਰ। ਰਾਜਾ ਵੀ ਉਹਦੇ ਪੈਰੀਂ ਹੱਥ ਲਾ ਕੇ ਕੰਮ ਕਰਿਆ ਕਰਦਾ ਸੀ, ਬਹੁਤ ਪਹੁੰਚਿਆ ਹੋਇਆ ਪੀਰ ਸੀ। ਕਹਿੰਦੇ ਉਹਦੇ ਕੋਲ ਲੈ ਚੱਲਦੇ ਹਾਂ, ਜੋ ਉਹ ਸਜ਼ਾ ਲਾਏਗਾ ਆਪਾਂ ਉਹ ਸਜ਼ਾ ਇਹਨਾਂ ਨੂੰ ਦੇਣੀ ਹੈ। ਇਹਨਾਂ ਦੀ ਹਿੰਮਤ ਕਿਵੇਂ ਹੋਈ ਸਾਡੇ ਦੇਸ਼ ਦੇ ਵਿੱਚ ਆ ਕੇ, ਸਾਡੀ ਜਗ੍ਹਾ 'ਚ ਆ ਕੇ ਰਾਗ ਪੜ੍ਹਦੇ ਆ ਇੱਥੇ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਹੱਥ ਸਤਿਗੁਰਾਂ ਦੇ ਫੜ ਲਏ, ਮਰਦਾਨੇ ਨੂੰ ਫੜ ਲਿਆ, ਮੁਸਲਮਾਨ ਹੁਣ ਅੱਗੇ ਅੱਗੇ ਲਾ ਕੇ ਸਤਿਗੁਰਾਂ ਨੂੰ ਤੁਰੀ ਜਾ ਰਹੇ। ਸਾਡੇ ਤੇ ਥੋੜਾ ਜਿਹਾ ਦੁੱਖ ਪੈ ਜਾਏ, ਆਪਾਂ ਕਹਿੰਦੇ ਹਾਂ ਰੱਬਾ ਮੈਂ ਕੀ ਵਿਗਾੜਿਆ ਸੀ ਤੇਰਾ, ਮੈਨੂੰ ਆ ਦੁੱਖ ਵਿਖਾਉਣਾ ਪਿਆ। ਪਰ ਵੇਖੋ ਸਾਡੇ ਸਤਿਗੁਰਾਂ ਨੂੰ ਲੋਕਾਂ ਨੇ ਧੱਕੇ ਵੀ ਮਾਰੇ, ਕੋਈ ਭੂਤਨਾ ਵੀ ਕਹਿੰਦਾ ਸਾਡੇ ਸਤਿਗੁਰਾਂ ਨੂੰ, ਕੋਈ ਪਾਗਲ ਕਹਿ ਕੇ ਵੀ ਵਾਜਾਂ ਮਾਰਦਾ। ਪਰ ਸਤਿਗੁਰਾਂ ਨੇ ਤਸੀਹੇ ਦੁੱਖ ਤਸੀਹੇ ਆਪਣੇ ਉੱਪਰ ਸਹਿ ਕੇ ਕਹਿੰਦੇ ਨਾ ਪਰਮਾਤਮਾ ਦਾ ਨਾਮ ਨਹੀਂ ਭੁੱਲਣਾ, ਸਾਡਾ ਥੋੜਾ ਜਿਹਾ ਕਾਰਜ ਵਿਗੜ ਜੇ, ਲੜਾਈ ਗੁਰਦੁਆਰੇ ਪ੍ਰਧਾਨ ਨਾਲ ਹੋ ਜੇ, ਅਸੀਂ ਗੁਰਦੁਆਰੇ ਜਾਣਾ ਛੱਡ ਦਿੰਦੇ ਹਾਂ। ਕੀ ਗੱਲ ਹੋਈ ਜੀ, ਮੇਰੀ ਗੁਰਦੁਆਰੇ ਵਾਲਿਆਂ ਨਾਲ ਬਣ ਨਹੀਂ ਆਉਂਦੀ, ਉੱਥੇ ਕਮੇਟੀ ਵਾਲਿਆਂ ਨਾਲ ਮੇਰੀ ਬਣ ਨਹੀਂ ਆਉਂਦੀ। ਗੁਰਮੁਖੋ ਆਪਾਂ ਆਪਣੇ ਘਰ ਦੇ ਵਿੱਚ ਰੋਜ਼ ਲੜਨੇ ਆ ਧੀਆਂ ਪੁੱਤਰਾਂ ਦੇ ਨਾਲ, ਤੇ ਕੀ ਆਪਾਂ ਆਪਣਾ ਘਰ ਛੱਡਤਾ? ਫਿਰ ਤਾਂ ਕਹੀਏ ਮੇਰੀ ਪੁੱਤਰ ਨਾਲ ਮੇਰੀ ਲੜਾਈ ਹੋ ਗਈ, ਮੈਂ ਘਰ ਹੀ ਨਹੀਂ ਜਾਣਾ, ਜਾਂ ਮੇਰੀ ਘਰ ਵਾਲੀ ਮੇਰੇ ਨਾਲ ਲੜ ਪਈ, ਹੁਣ ਮੈਂ ਘਰ ਹੀ ਛੱਡ ਦੇਣਾ। ਘਰ ਅਸੀਂ ਰੋਜ਼ ਲੜਨੇ ਆ ਪਰ ਆਪਣਾ ਘਰ ਛੱਡਣ ਲਈ ਤਿਆਰ ਨਹੀਂ। ਗੁਰਦੁਆਰੇ ਦੇ ਵਿੱਚ ਲੜਾਈ ਕਿਸੇ ਦੂਜੇ ਦੀ ਵੀ ਹੋ ਜੇ ਆਪਾਂ ਜਾਣਾ ਬੰਦ ਕਰ ਦਿੰਦੇ ਹਾਂ ਕਿ ਮੇਰੀ ਉਹਨਾਂ ਦੇ ਨਾਲ ਬਣ ਨਹੀਂ ਆਉਂਦੀ। ਆਖੋ ਸਤਨਾਮ। ਕਿਸੇ ਦੇ ਪਿੱਛੇ ਅਸੀਂ ਆਪਣਾ ਘਰ ਕਿਉਂ ਨਹੀਂ ਛੱਡ ਦਿੱਤਾ? ਕਿਉਂਕਿ ਘਰ ਨੂੰ ਮਨ ਨੇ ਆਪਣਾ ਮੰਨਿਆ ਹੋਇਆ ਕਿ ਘਰ ਮੇਰਾ, ਲੜਾਈ ਹੋਵੇ ਜੋ ਮਰਜ਼ੀ ਹੋਵੇ ਮੈਂ ਇੱਥੇ ਹੀ ਰਹਿਣਾ। ਪਰ ਇਹਦੇ ਵਿੱਚ ਸੱਚਾਈ ਹੈ ਕਿ ਗੁਰੂ ਨੂੰ ਹਾਲੀ ਤੱਕ ਅਸੀਂ ਆਪਣਾ ਮੰਨਿਆ ਨਹੀਂ, ਸਭ ਕੁਛ ਆਪਣਾ ਇੱਕ ਰਾਮ ਪਰਾਇਆ ਹੈ ਹੀ ਪਰਾਇਆ। ਇਸੇ ਕਰਕੇ ਤਾਂ ਸਾਡਾ ਜੀ ਨਹੀਂ ਕਰਦਾ ਕਿ ਸਵੇਰੇ ਉੱਠ ਕੇ ਜਾ ਕੇ ਮਿਲੀਏ ਮਹਾਰਾਜ ਨੂੰ। ਜਿਹੜਾ ਬੰਦਾ ਪਰਾਇਆ ਹੋਵੇ ਉਹਦੀ ਸਾਨੂੰ ਰਹਿ ਨਹੀਂ ਚੰਗੀ ਲੱਗਦੀ, ਉਹਦੀ ਆਪਾਂ ਨਿੰਦਿਆ ਕਰਨੇ ਆ। ਜਿਹੜਾ ਪਰਾਇਆ ਹੋਵੇ ਆਪਣੇ ਦੀ ਕਿਸੇ ਦੀ ਸੋਭਾ ਕਰਨੇ ਆ। ਜਦੋਂ ਗੁਰੂ ਨੂੰ ਅਸੀਂ ਪਰਾਇਆ ਸਮਝਿਆ ਫਿਰ ਸਾਡਾ ਮਨ ਕਿਵੇਂ ਲੱਗੇ? ਕਹਿੰਦੇ ਆ ਜੀ ਬਾਣੀ 'ਚ ਸਾਡਾ ਮਨ ਨਹੀਂ ਲੱਗਦਾ, ਸੇਵਾ ਕਰਨ ਨੂੰ ਮਨ ਨਹੀਂ ਲੱਗਦਾ। ਲੱਗੇ ਵੀ ਕਿੱਦਾਂ? ਕਿਉਂਕਿ ਆਪਣਾ ਤਾਂ ਗੁਰੂ ਨੂੰ ਸਮਝਿਆ ਹੀ ਨਹੀਂ। ਜਿਨ੍ਹਾਂ ਨੇ ਆਪਣਾ ਸਮਝਿਆ ਸੀ ਫਿਰ ਉਹ ਤੱਤੀਆਂ ਤਵੀਆਂ 'ਤੇ ਬਹਿ ਕੇ ਬੰਦ ਬੰਦ ਕਟਵਾ ਲਏ। ਰਹੋ ਵਿਚਾਰ, ਦਸਤਗੀਰ ਪੀਰ ਦੇ ਕੋਲ ਲੈ ਗਏ ਸਤਿਗੁਰਾਂ ਨੂੰ। ਉੱਥੇ ਜਾ ਕੇ ਪੀਰ ਕਹਿੰਦਾ ਪਤਾ ਲੱਗਾ ਤੁਸੀਂ ਇੱਥੇ ਸ਼ਬਦ ਪੜ੍ਹਦੇ ਸੀ, ਕਿਹਦੇ ਹੁਕਮ ਨਾਲ ਪੜ੍ਹਦੇ ਸੀ? ਕਹਿੰਦੇ ਅਕਾਲ ਪੁਰਖ ਦੇ ਹੁਕਮ ਨਾਲ। ਉਹਨੇ ਤਾਂ ਕਿਧਰੇ ਡੱਕਿਆ ਨਹੀਂ ਕਿ ਗੁਰਬਾਣੀ ਨਾ ਪੜ੍ਹੋ, ਕੀਰਤਨ ਨਾ ਕਰੋ, ਪਰ ਹਾਂ ਤੁਸੀਂ ਡੱਕੀ ਜਾ ਰਹੇ ਹੋ, ਇਹ ਗੱਲ ਵੱਖ ਹੈ। ਕਹਿਣ ਲੱਗੇ ਤੁਹਾਡੀ ਇੰਨੀ ਹਿੰਮਤ ਸਾਡੇ ਸਾਹਮਣੇ ਆ ਕੇ ਸਵਾਲ ਜਵਾਬ ਕਰ ਦਿਓ। ਅੱਛਾ ਜੇ ਇੰਨਾ ਹੀ ਕਹਿੰਦੇ ਹੋ ਤੁਸੀਂ ਰੱਬ ਹੈ ਰੱਬ ਹੈ, ਫਿਰ ਇਹ ਦੱਸੋ ਰੱਬ ਤੋਂ ਪਹਿਲਾਂ ਕੀ ਸੀ ਜਦੋਂ ਰੱਬ ਨਹੀਂ ਸੀ? ਮਹਾਰਾਜ ਕਹਿੰਦੇ ਤੁਹਾਡਾ ਸਵਾਲ ਬਹੁਤ ਮਹਿੰਗਾ ਹੈ, ਇਹਦਾ ਉੱਤਰ ਵੀ ਬਹੁਤ ਮਹਿੰਗਾ ਹੈ। ਇਸ ਕਰਕੇ ਇੱਦਾਂ ਕਰੋ, ਇੱਕ ਥਾਲ ਮੰਗਾਓ ਮੋਤੀਆਂ ਦਾ ਭਰਿਆ ਹੋਇਆ। ਕਹਿੰਦੇ ਜੀ ਕੀ ਕਰਨਾ ਮਹਾਰਾਜ? ਕਹਿੰਦੇ ਤੁਹਾਡੇ ਸਵਾਲ ਦਾ ਉੱਤਰ ਦੇਣਾ, ਜਵਾਬ ਦਾ, ਇੱਕ ਥਾਲ ਮੰਗਾਓ। ਇੱਕ ਥਾਲ ਮੰਗਾ ਲਿਆ ਮੋਤੀਆਂ ਦਾ, ਪੀਰ ਜੀ ਦੇ ਅੱਗੇ ਰੱਖਿਆ। ਕਹਿੰਦੇ ਪੀਰ ਜੀ ਆ ਮਾੜੇ ਜੇ ਗਿਣੋ ਤਾਂ ਸਹੀ ਕਿੰਨੇ ਕਾ ਆ ਮੋਤੀ ਥਾਲੀ ਦੇ ਵਿੱਚ ਪਏ ਹੋਏ। ਉਹ ਗਿਣਨ ਲੱਗ ਪਿਆ, ਇੱਕ ਦੋ ਤਿੰਨ ਚਾਰ। ਮਹਾਰਾਜ ਕਹਿੰਦੇ ਰੁਕ ਜਾਓ, ਕਹਿੰਦੇ ਦੁਬਾਰਾ ਗਿਣੋ। ਫਿਰ ਗਿਣਦਾ ਇੱਕ ਦੋ ਤਿੰਨ ਚਾਰ। ਮਹਾਰਾਜ ਕਹਿੰਦੇ ਰੁਕ ਜਾਓ, ਫਿਰ ਗਿਣੋ। ਕਹਿੰਦੇ ਮਹਾਰਾਜ ਆ ਵਾਰ ਵਾਰ ਕਾਹਤੋਂ ਕਹੀ ਜਾ ਰਹੇ ਹੋ? ਚਾਰ ਤੇ ਜਾਣਾ ਤੁਸੀਂ ਫਿਰ ਰੁਕ ਜਾਂਦੇ ਹੋ, ਰੋਕ ਦਿੰਦੇ ਹੋ ਮੈਨੂੰ। ਮਹਾਰਾਜ ਕਹਿੰਦੇ ਤੂੰ ਇੱਕ ਤੋਂ ਹੀ ਕਿਉਂ ਸ਼ੁਰੂ ਕਰਨਾ? ਕਹਿੰਦਾ ਮਹਾਰਾਜ ਇੱਕ ਤੋਂ ਤਾਂ ਸ਼ੁਰੂ ਕਰਨਾ, ਇੱਕ ਤੋਂ ਪਹਿਲਾਂ ਕੁਛ ਹੈ ਨਹੀਂ, ਇੱਕ ਤੋਂ ਪਹਿਲਾਂ ਤਾਂ ਜੀਰੋ ਆਉਂਦੀ ਹੈ। ਆਖੋ ਸਤਨਾਮ। ਮਹਾਰਾਜ ਕਹਿੰਦੇ ਆ ਤੇਰੇ ਸਵਾਲ ਦਾ ਉੱਤਰ ਹੈ, ਉਸ ਇੱਕ ਤੋਂ ਪਹਿਲਾਂ ਕੁਛ ਨਹੀਂ ਸੀ, ਉਸ ਇੱਕ ਤੋਂ ਪਹਿਲਾਂ ਸਭ ਕੁਛ ਹੀ ਜੀਰੋ ਸੀ। ਪਰਮਾਤਮਾ ਤੋਂ ਪਹਿਲਾਂ ਸਭ ਕੁਛ ਜੀਰੋ ਸੀ, ਉਹਦੇ ਤੋਂ ਹੀ ਸਭ ਕੁਛ ਬਣਿਆ ਹੋਇਆ। ਕਹਿਣ ਲੱਗਾ ਅੱਛਾ। ਕਹਿੰਦਾ ਫਿਰ ਮੇਰਾ ਇੱਕ ਹੋਰ ਸਵਾਲ ਹੈ, ਜੇ ਇਹਨਾਂ ਦਾ ਉੱਤਰ ਦਿਓਗੇ ਤਾਂ ਮੈਂ ਮੰਨਾਂਗਾ ਤੁਹਾਨੂੰ। ਚਲੋ ਮੰਨ ਲਿਆ ਰੱਬ ਤੋਂ ਪਹਿਲਾਂ ਜੀਰੋ ਸੀ, ਪਰ ਜੇ ਰੱਬ ਹੈ ਤਾਂ ਰੱਬ ਰਹਿੰਦਾ ਕਿੱਥੇ ਹੈ? ਬਸ ਅਸੀਂ ਵੀ ਆਹੀ ਕੁਛ ਪੁੱਛ ਕੇ ਤੁਰ ਜਾਂਦੇ ਹਾਂ, ਰੱਬ ਤੋਂ ਪਹਿਲਾਂ ਕੀ ਸੀ,
ਰੱਬ ਹੈ ਕਿੱਥੇ ਹੈ, ਰੱਬ ਕਰਦਾ ਕੀ ਹੈ, ਸਾਡਾ ਵੀ ਇਹੀ ਹਾਲ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ ਹੁਣੇ ਪੀਰ ਨੂੰ ਦੱਸਣਾ ਹੀ ਪੈਣਾ ਰੱਬ ਕਿੱਥੇ ਰਹਿੰਦਾ। ਕਹਿੰਦੇ ਪੁੱਛਣਾ, ਕਹਿੰਦੇ ਜਾ ਫਿਰ ਏਦਾਂ ਕਰ, ਇੱਕ ਲੱਕੜੀ ਲੈ ਕੇ ਆ, ਥੋੜਾ ਜਿਹਾ ਦੁੱਧ ਵੀ ਲੈ ਕੇ ਆਓ। ਲੱਕੜੀ ਵੀ ਲਿਆਂਦੀ, ਦੁੱਧ ਵੀ ਲਿਆਂਦਾ। ਮਹਾਰਾਜ ਕਹਿੰਦੇ ਆ ਲੱਕੜੀ ਦੇ ਵਿੱਚ ਧਿਆਨ ਨਾਲ ਵੇਖ, ਇਹਦੇ ਵਿੱਚ ਅੱਗ ਹੈ, ਤੈਨੂੰ ਦਿਸਦੀ ਆ ਲੱਕੜੀ ਚ। ਆ ਧਿਆਨ ਨਾਲ ਦੁੱਧ ਨੂੰ ਵੇਖ, ਆ ਦੁੱਧ ਦੇ ਵਿੱਚ ਘਿਓ ਹੈ, ਤੈਨੂੰ ਦਿਸਦਾ। ਕਹਿਣ ਲੱਗੇ ਮਹਾਰਾਜ ਨਾ, ਸਾਨੂੰ ਤਾਂ ਦਿਸ ਨਹੀਂ ਰਿਹਾ। ਕਹਿੰਦੇ ਮਾੜੀ ਜੀ, ਆਪਾਂ ਚੰਗਿਆਰੀ ਲਾ ਦੇਵਾਂਗੇ ਇਸ ਲੱਕੜ ਨੂੰ, ਇਹਦੇ ਵਿੱਚੋਂ ਅੱਗ ਪੈਦਾ ਹੋ ਜਾਣੀ ਆ। ਇਸ ਦੁੱਧ ਨੂੰ ਆਪਾਂ ਚਾਟੀ ਦੇ ਵਿੱਚ ਪਾ ਦਿਆਂਗੇ, ਥੋੜਾ ਜਿਹਾ ਰਿੜਕਾਂਗੇ, ਇਹਦੇ ਵਿੱਚੋਂ ਮੱਖਣ ਜਿਹੜਾ ਪੈਦਾ ਹੋ ਜਾਣਾ, ਸਗਲ ਦੁੱਧ ਮੈਂ ਕੀਆ। ਕਹਿੰਦੇ ਇਸੇ ਤਰ੍ਹਾਂ ਹਰ ਇੱਕ ਦੇ ਅੰਦਰ ਪਰਮਾਤਮਾ ਵਸਿਆ ਹੋਇਆ, ਜਿਹਨੂੰ ਸ਼ਬਦ ਦੀ ਵਿਚਾਰ ਕਰਨੀ ਆ ਗਈ, ਰੱਬ ਕਿਧਰੇ ਦੂਰ ਨਹੀਂ, ਆਪਣੇ ਆਪ ਦੇ ਵਿੱਚੋਂ ਹੀ ਰੱਬ ਦੇ ਦਰਸ਼ਨ ਹੋ ਜਾਣੇ। ਆਖੋ ਸਤਨਾਮ, ਜਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿਹਨੇ ਆਪਣੇ ਗੁਰੂ ਦੀ ਪੂਜਾ ਕੀਤੀ, ਉਹਨੂੰ ਸਭ ਕੁਛ ਅੰਦਰੋਂ ਹੀ ਨਜ਼ਰ ਆਉਣ ਲੱਗ ਪੈਣਾ। ਕਹਿਣ ਲੱਗਾ ਅੱਛਾ, ਕਹਿੰਦੇ ਫਿਰ ਆ ਆਖਰੀ ਗੱਲ ਦਾ ਮੈਨੂੰ ਉੱਤਰ ਦਿਓ। ਜੇ ਆ ਆਖਰੀ ਗੱਲ ਦਾ ਉੱਤਰ ਦਿਓਗੇ ਤਾਂ ਮੈਂ ਮੰਨ ਜਾਵਾਂਗਾ ਕਿ ਤੁਸੀਂ ਸੱਚਮੁੱਚ ਪੀਰ ਹੋ। ਕਹਿਣ ਲੱਗਾ ਫਿਰ ਸਭ ਤੋਂ ਮਹਿੰਗਾ ਸਵਾਲ ਹੈ ਮੇਰਾ, ਚਲੋ ਮੈਨੂੰ ਲੱਗ ਗਿਆ ਪਤਾ, ਰੱਬ ਤੋਂ ਪਹਿਲਾਂ ਜੀਰੋ ਸੀ, ਰੱਬ ਸਾਡੇ ਵਿੱਚ ਹੀ ਵਸਿਆ ਹੋਇਆ, ਫਿਰ ਇਹ ਦੱਸੋ ਰੱਬ ਕਰਦਾ ਕੀ ਹੈ। ਕਹਿਣ ਲੱਗੇ ਰੱਬ ਕੀ ਕਰਦਾ, ਕਹਿੰਦੇ ਰੱਬ ਪਤਾ ਕੀ ਕਰਦਾ, ਇਹਦਾ ਜਿਹੜਾ ਉੱਤਰ ਹੈ ਬਹੁਤ ਜ਼ਿਆਦਾ ਮਹਿੰਗਾ ਹੈ। ਤੁਸੀਂ ਇੱਦਾਂ ਕਰੋ, ਤੁਸੀਂ ਆ ਥੱਲੇ ਆ ਕੇ ਬੈਠੋ, ਮੈਨੂੰ ਆਪਣੇ ਵਾਲੇ ਪਲੰਘੇ 'ਤੇ ਬਹਿਣ ਦਿਓ, ਕਿਉਂਕਿ ਸਵਾਲ ਤੁਹਾਡਾ ਬੜਾ ਮਹਿੰਗਾ। ਵੈਸੇ ਤਾਂ ਮਹਾਰਾਜ ਥੱਲੇ ਹੀ ਵਿਆਹ ਕਰਦੇ ਸੀ ਭੋਏ 'ਤੇ, ਪਰ ਕਹਿੰਦੇ ਸਾਨੂੰ ਆ ਬੈੱਡ 'ਤੇ ਆ ਕੇ ਬੈਠਣ ਦੇ ਜ਼ਰਾ। ਕਹਿੰਦਾ ਆ ਜਾਓ ਮਹਾਰਾਜ, ਕੋਈ ਗੱਲ ਨਹੀਂ, ਬਹਿ ਜਾਓ। ਜਦੋਂ ਮਹਾਰਾਜ ਬੈਠੇ, ਪੀਰ ਨੂੰ ਧਰਤੀ 'ਤੇ ਬਿਠਾ ਦਿੱਤਾ। ਕਹਿੰਦੇ ਆ ਕਰਦਾ ਰੱਬ, ਧਰਤੀ 'ਤੇ ਆਕਾਸ਼ ਚੜਾਵੈ, ਚੜ੍ਹੇ ਆਕਾਸ਼ ਗਰਾਵੈ। ਕਹਿੰਦੇ ਵੇਖ ਲੈ, ਥੋੜ੍ਹੀ ਦੇਰ ਪਹਿਲਾਂ ਲੋਕੀ ਤੇਰੇ ਕੋਲ ਸਾਨੂੰ ਬੰਨ ਕੇ ਲਿਆਏ ਸੀ, ਅਸੀਂ ਥੱਲੇ ਬੈਠੇ ਸੀ, ਤੂੰ ਉੱਪਰ ਬੈਠਾ ਸੈਂ, ਪਰ ਉਸ ਰੱਬ ਦੇ ਰੰਗ ਵੇਖ, ਹੁਣ ਹੱਥ ਜੋੜ ਕੇ ਤੂੰ ਸਾਡੇ ਥੱਲੇ ਬੈਠਾ, ਅਸੀਂ ਪਲਕੇ 'ਤੇ ਬੈਠੇ ਹੋਏ ਹਾਂ। ਇਹ ਕਰਦਾ ਰੱਬ, ਤੂੰ ਭਿਖਾਰੀਆਂ ਤੋਂ ਰਾਜ ਕਰਾਵੇਂ, ਰਾਜੇ ਫਿਰਦੇ ਭੀਖ ਮੰਗਦੇ। ਆ
ਭਿਖਾਰੀ ਤੇ ਰਾਜ ਕਰਾਵੇ, ਰਾਜੇ ਤੇ ਭਿਖਾਰੀ, ਭਿਖਾਰੀਆਂ ਨੂੰ ਰਾਜੇ ਬਣਾ ਦਿੰਦਾ, ਜਦੋਂ ਰਾਜਿਆਂ ਚ ਮਾਣ ਆ ਜਾਵੇ ਰਾਜਿਆਂ ਨੂੰ ਭਿਖਾਰੀ ਵੀ ਬਣਾ ਦਿੰਦਾ। ਮਹਾਰਾਜ ਕਹਿੰਦੇ ਇਹ ਕਰਦਾ ਰੱਬ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਕਰਾਵੇ। ਪੀਰ ਦੇ ਹੱਥ ਜੁੜ ਕੇ, ਲੋਕਾਂ ਦੇ ਹੱਥ ਜੁੜ ਕੇ ਜਿਹੜੇ ਮੁਸਲਮਾਨ ਲੋਕ ਖੜੇ ਸੀਗੇ, ਕਹਿੰਦੇ ਇੰਨੀ ਲੱਗੀ ਹੋਈ ਸੋਚ, ਇੰਨੀ ਉੱਚੀ ਸੋਚ। ਫਿਰ ਮਹਾਰਾਜ ਨੇ ਉੱਥੇ ਮਰਦਾਨੇ ਨੂੰ ਕਿਹਾ, ਰਬਾਬ ਕੱਢ ਲੈ ਮਰਦਾਨਿਆਂ, ਦੁਨੀਆਂ ਦੇ ਲੋਕਾਂ ਨੂੰ ਕਿਹਾ ਹੁਣ ਕੋਈ ਬੋਲਿਓ ਨਾ। ਮਹਾਰਾਜ ਫਿਰ ਰਬਾਬ ਤੇ ਕੀਰਤਨ ਕਰਦੇ ਆ, ਸਭ ਦੇ ਹੱਥ ਜੁੜ ਗਏ, ਸਭ ਏਦਾਂ ਮੇਲਦੇ ਆ ਜਿੱਦਾਂ ਬੀਣ ਵੱਜੇ ਸੱਪ ਨਹੀਂ ਮੇਲਦਾ, ਸੱਪ ਨੱਚਦਾ। ਏਦਾਂ ਸਾਰਿਆਂ ਦੀਆਂ ਬਿਰਤੀਆਂ ਜੁੜ ਗਈਆਂ, ਸਾਰੇ ਮਸਤ ਹੋ ਕੇ ਸਤਿਗੁਰੂ ਬਾਣੀ ਪੜ੍ਹੀ ਜਾ ਰਿਹਾ। ਨਾਨਕ ਫਕੀਰ ਬਾਣੀ, ਨਾਨਕ ਫਕੀਰ ਬਾਣੀ, ਮਿੱਠੀ ਮਿੱਠੀ ਬੋਲ। ਨਾਨਕ ਫਕੀਰ ਬਾਣੀ ਮਿੱਠੀ ਮਿੱਠੀ ਬੋਲਦਾ, ਨਾਨਕ ਫਕੀਰ ਬਾਣੀ ਮਿੱਠੇ ਮਿੱਠੀ ਬੋਲਦਾ, ਨਾਨਕ ਫਕੀਰ ਬਾਣੀ ਮਿੱਠੀ ਮਿੱਠੀ ਬੋਲਦਾ, ਨਾਨਕ ਫਕੀਰ ਬਾਣੀ ਮਿੱਠੀ ਮਿੱਠੀ ਬੋਲ। ਅੰਮ੍ਰਿਤ ਬਾਣੀ ਬੜੀ ਮਿੱਠੀ ਬਾਣੀ ਬੋਲਦੇ ਆ, ਗੁਰਸਿੱਖਾਂ ਦੇ ਮਨ ਵਿੱਚ ਪਿਆਰੀ ਲੱਗਦੀ ਹੈ ਬਾਣੀ। ਆਓ ਆਖਰੀ ਬਚਨ ਕਹਿ ਕੇ ਆਪਾਂ ਸਮਾਪਤੀ ਕਰ ਦੇਣੀ ਹੈ। ਕਵੀਸ਼ਰੀ ਜਥਾ ਆਪਣਾ ਮਾਣ ਯੋਗ ਉਹ ਵੀ ਸਟੇਜ ਤੇ ਪਹੁੰਚ ਗਏ ਹੈ। ਸਭ ਸੰਗਤਾਂ ਦੇ ਹੱਥ ਜੁੜ ਗਏ, ਪੀਰ ਦੇ ਵੀ ਹੱਥ ਜੁੜ ਗਏ, ਕਹਿੰਦੇ ਮਹਾਰਾਜ ਤੁਹਾਡੀ ਸੋਚ ਤੋਂ ਅਸੀਂ ਵਾਰੇ ਵਾਰੇ ਜਾਂਦੇ ਹਾਂ, ਇੱਥੋਂ ਤੱਕ ਤਾਂ ਸਾਡੀ ਸੋਚ ਗਈ ਨਹੀਂ। ਕਹਿੰਦੇ ਕੀਰਤਨ ਕਰਕੇ ਕਰਤੇ ਦੇ ਨਾਲ ਜੁੜਨਾ, ਕੀਰਤਨ ਨੂੰ ਆਪਾਂ ਕੀਰਤਨੀ ਬਣਾਉਣਾ, ਇਹ ਨਹੀਂ ਵੇਖਣਾ ਮਾਇਆ ਦਾ ਕਿੱਡਾ ਕੁ ਢੇਰ ਲੱਗ ਗਿਆ। ਇੱਕ ਧਿਆਨ ਵਾਜੇ ਚ ਹੋਵੇ, ਦੂਜਾ ਮਾਇਆ ਦੀ ਟੋਕਰੀ ਚ ਹੋਵੇ,
ਜਾਂ ਕਾਟ ਦੇ ਵਿੱਚ ਲਿਫਾਫਿਆਂ 'ਚ ਕਿੰਨੇ ਪੈਸੇ ਪੈਣੇ ਆ? ਕਹਿੰਦੇ ਜੇ ਇਹ ਕਰੋਗੇ ਫਿਰ ਨਾ ਹੀ ਤਾਂ ਤੁਹਾਨੂੰ ਆਨੰਦ ਆਏਗਾ, ਲੋਕ ਤਾਂ ਕਹਿਣਗੇ ਵੀ ਬੜਾ ਸੋਹਣਾ ਚਲੋ ਕਰਦਾ, ਬੱਲੇ ਬੱਲੇ ਚਾਰ ਦਿਨ ਲੋਕ ਕਰਨਗੇ, ਪਰ ਤੁਹਾਡੇ ਜਿਹੜੇ ਮਨ ਨੂੰ ਆਨੰਦ ਆਉਣਾ ਉਹ ਆਨੰਦ ਨਹੀਂ ਆਉਣਾ, ਕਿਉਂਕਿ ਮਨ ਦਾ ਧਿਆਨ ਤਾਂ ਮਾਇਆ 'ਚ ਹੋਣਾ। ਆਓ ਆਖਰੀ ਬਚਨ ਕਰਕੇ ਅਖੀਰ ਨੂੰ, ਜਦੋਂ ਅੰਤ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆਂ ਤੋਂ ਜਾਣਾ ਸੀਗਾ, ਬਹੁਤ ਲੋਕ ਮਗਰ ਚੱਲ ਪਏ। ਮਹਾਰਾਜ ਥੋੜ੍ਹੀ ਜਿਹੀ ਅੱਗੇ ਚੱਲੇ, ਮਹਾਰਾਜ ਨੇ ਪਹਿਲਾਂ ਚਾਂਦੀ ਵਗਾਈ, ਬਹੁਤੇ ਦੇਖ ਕੇ ਚਾਂਦੀ ਨੂੰ ਮਨ ਡੋਲ ਗਿਆ, ਕਹਿੰਦੇ ਗੁਰੂ ਦੇ ਮਗਰ ਕੀ ਜਾਣਾ ਹੈ, ਚਾਂਦੀ ਚੱਕੋ ਘਰ ਨੂੰ ਚੱਲੀਏ, ਆਪਣਾ ਕੰਮ ਬਣ ਗਿਆ। ਸੱਚ ਨੂੰ ਦੂਰ ਕਰੋ, ਸੱਚ ਦੇ ਗੋਲੀ ਮਾਰੋ, ਬਹੁਤਿਆਂ ਨੇ ਚਾਂਦੀ ਚੱਕੀ ਚਲੇ ਗਏ। ਥੋੜ੍ਹੀ ਜਿਹੀ ਅੱਗੇ ਗਏ, ਮਹਾਰਾਜ ਨੇ ਸੋਨਾ ਪ੍ਰਗਟ ਕਰ ਦਿੱਤਾ, ਕਹਿਣ ਲੱਗੇ ਆਪਾਂ ਉਹਨਾਂ ਤੋਂ ਚੰਗੇ ਰਹਿ ਗਏ, ਉਹ ਤਾਂ ਚਾਂਦੀ ਚੱਕ ਕੇ ਮੁੜ ਗਿਆ, ਸੋਨਾ ਮਿਲ ਗਿਆ। ਕਈਆਂ ਨੇ ਸੋਨਾ ਚੁੱਕਿਆ, ਉਹ ਦੌੜ ਗਏ, ਮਹਾਰਾਜ ਅੱਗੇ ਚੱਲੇ, ਮਹਾਰਾਜ ਨੇ ਹੀਰੇ ਪ੍ਰਗਟ ਕਰਤੇ। ਜਿਹੜੇ ਥੋੜ੍ਹੇ ਜਿਹੇ ਰਹਿ ਗਏ ਸੀ, ਕਹਿੰਦੇ ਆਪਾਂ ਤਾਂ ਸਾਰਿਆਂ ਨਾਲੋਂ ਚੰਗੇ ਰਹਿ ਗਏ। ਉਹ ਹੀਰੇ ਚਾਂਦੀ ਚੁੱਕ ਕੇ ਦੌੜ ਗਏ, ਸੋਨਾ ਚੁੱਕ ਕੇ ਦੌੜ ਗਏ, ਆਪਾਂ ਨੂੰ ਤਾਂ ਹੀਰੇ ਮਿਲ ਗਏ। ਸਾਧ ਸੰਗਤ ਜੀ, ਉਹਨਾਂ ਨੇ ਹੀਰੇ ਚੁੱਕੇ ਦੌੜ ਗਏ। ਆਪਾਂ ਵੀ ਕਈ ਜਿਹੜੇ ਗੁਰੂ ਕੋਲ ਦਾਤਾਂ ਹੀ ਮੰਗਣ ਆਉਂਦੇ ਹਾਂ, ਮਹਾਰਾਜ ਕਿਰਪਾ ਕਰੋ, ਚੰਗੀ ਗੱਡੀ ਮਿਲ ਜੇ, ਧੀਆਂ ਪੁੱਤਰ ਮਿਲ ਜਾਣ, ਅਮਰੀਕਾ ਦਾ ਵੀਜ਼ਾ ਲੱਗ ਜੇ, ਹੋਰ ਆਪਾਂ ਵੀ ਦਾਤਾਂ ਕਰਕੇ ਆਉਂਦੇ ਹਾਂ ਮਹਾਰਾਜ ਦੇ ਕੋਲ। ਕਹਿੰਦੇ ਆਪਾਂ ਸਭ ਤੋਂ ਚੰਗੇ ਰਹਿ ਗਏ, ਆਪਾਂ ਨੂੰ ਹੀਰੇ ਮਿਲ ਗਏ। ਥੋੜ੍ਹੀ ਜਿਹੀ ਹੋਰ ਅੱਗੇ ਚੱਲੇ, ਫਿਰ ਮਹਾਰਾਜ ਨੇ ਪੱਥਰ ਵੀ ਮਾਰੇ। ਕਈ ਕਹਿੰਦੇ ਲਓ ਜੀ, ਇਹਨਾਂ ਦਾ ਤਾਂ ਦਿਮਾਗ ਪਾਗਲ ਹੋ ਗਿਆ, ਨਾਨਕ ਦਾ ਦਿਮਾਗ ਠੀਕ ਨਹੀਂ ਰਿਹਾ। ਕਈਆਂ ਨੇ ਪੱਥਰ ਖਾ ਕੇ ਪਿੱਛੇ ਮੁੜ ਗਏ। ਆਓ ਗੱਲ ਵਿਖਾਈਏ, ਅਖੀਰ 'ਤੇ ਬਸ ਰਹਿ ਗਏ ਤਾਂ ਭਾਈ ਲੈਣਾ ਜੀ। ਕਹਿੰਦੇ ਲੈਣਿਆ ਤੂੰ ਕਿਉਂ ਨਹੀਂ ਜਾਂਦਾ? ਕਹਿੰਦਾ ਮਹਾਰਾਜ ਮੈਂ ਨਹੀਂ ਜਾਣਾ, ਮਾਰ ਲਓ, ਰੱਖ ਲਓ, ਕੁੱਟ ਲਓ। ਕਹਿੰਦੇ ਵੇਖ ਲੈ ਮਾਇਆ, ਸੋਨਾ, ਇੰਨਾ ਕੁਛ। ਕਹਿੰਦਾ ਨਹੀਂ ਮਹਾਰਾਜ, ਮੈਨੂੰ ਕੁਛ ਨਹੀਂ ਚਾਹੀਦਾ। ਕਹਿੰਦਾ ਮਹਾਰਾਜ ਮੈਂ ਸਭ ਤੋਂ ਅਮੀਰ ਹਾਂ, ਕਿਉਂ? ਕਿਉਂਕਿ ਜਿਹੜਾ ਸੋਨਾ ਵੰਡ ਰਿਹਾ, ਹੀਰੇ ਵੰਡ ਰਿਹਾ, ਜਦੋਂ ਉਹੀ ਮੇਰੇ ਨਾਲ ਆ ਫਿਰ ਮੈਂ ਗਰੀਬ ਕਿੱਧਰੋਂ ਹਾਂ? ਮੈਂ ਜਦੋਂ ਰਾਜੇ ਦੇ ਨਾਲ ਹਾਂ ਜਿਹੜਾ ਸਾਰਾ ਕੁਛ ਵੰਡ ਰਿਹਾ, ਮੈਂ ਸਭ ਤੋਂ ਅਮੀਰ ਹਾਂ। ਜਦੋਂ ਇਹ ਗੱਲ ਕਹੀ, ਕਹਿੰਦੇ ਫਿਰ ਆਹ ਵੇਖ ਲਿਆ ਕਸਵੱਟੀ ਹੈ। ਕੀ ਕਹਿੰਦੇ? ਕਹਿੰਦੇ ਆਹ ਮੁਰਦਾ ਦਿਸਦਾ, ਸਾਹਮਣੇ ਮੁਰਦਾ ਪਿਆ ਹੋਇਆ ਸੀ। ਕਹਿੰਦਾ ਮਹਾਰਾਜ ਦਿਸਦਾ। ਕਹਿੰਦੇ ਫਿਰ ਆਹ ਮੁਰਦੇ ਨੂੰ ਖਾਣਾ ਪੈਣਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤ ਭਜਨ ਕਹਿ ਕੇ ਮਹਾਰਾਜ ਕਿੱਧਰੋਂ ਖਾਵਾਂ? ਮਹਾਰਾਜ ਕਹਿੰਦੇ ਜਿੱਧਰੋਂ ਮਰਜ਼ੀ ਸ਼ੁਰੂ ਕਰ ਲੈ, ਪਰ ਖਾ ਲੈ। ਜਦੋਂ ਪੈਰਾਂ ਵਾਲੇ ਪਾਸਿਓਂ ਮੁਰਦੇ ਤੋਂ ਕੱਪੜਾ ਚੱਕਿਆ ਨਾ, ਤਾਂ ਉਹ ਮੁਰਦਾ ਨਹੀਂ ਰਿਹਾ, ਉਹ ਵੀ ਕੜਾ ਪ੍ਰਸ਼ਾਦ ਦੀ ਦੇਗ ਬਣ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸੇ ਕਰਕੇ ਕਹਿੰਦੇ ਆ ਸਤਿਗੁਰ ਨੂੰ ਮਨਾਉਣਾ ਕੋਈ ਸੌਖੀ ਗੱਲ ਨਹੀਂ। ਆਖਰੀ ਧਾਰਨਾ ਫੜ ਕੇ ਸਮਾਪਤੀ ਕਰਾਂਗੇ। ਸਾਰੇ ਗੱਜ ਵੱਜ ਕੇ ਬੋਲਿਓ, ਕੋਈ ਰਸਨਾ ਵਾਂਝੀ ਨਾ ਰਵੇ। ਕੋਈ ਗੁਰੂ ਨਾਨਕ ਦੇਵ ਮਹਾਰਾਜ ਨੂੰ ਮਨਾਉਣਾ ਸੌਖੀ ਗੱਲ ਨਹੀਂ। ਪਹਿਲਾਂ ਮੁਰਦੇ ਖਾਣੇ ਪੈਂਦੇ ਆ, ਐਵੇਂ ਨਹੀਂ ਲੈਣੇ ਕੋ ਅੰਗ ਲਗਾ ਅੰਗ ਸੇ ਅੰਗਤ ਬਣਾ ਦੀ। ਐਵੇਂ ਨਹੀਂ ਏਡੀ ਵੱਡੀ ਪ੍ਰਾਪਤੀ ਦੇ ਮਾਲਕ ਹੋਏ, ਕਿਵੇਂ ਕਿਰਪਾ ਹੋਈ? ਔਖਾ ਸਤਿਗੁਰ ਨੂੰ ਮਨਾਉਣਾ, ਸਤਿਗੁਰ ਨੂੰ ਮਨਾਉਣਾ, ਮੁਰਦੇ ਖਾਣੇ ਪੈਂਦੇ।
ਸਲਪਾਨੀ ਹਰਿਆਣਾ ਤੋਂ ਇਹਨਾਂ ਆਪ ਜੀ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ ਹੈ। ਇਸ ਵਕਤ ਆਪ ਜੀ ਦੇ ਸਨਮੁੱਖ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਮਹਿੰਦੀਪੁਰ ਪੰਜਾਬ ਵਾਲਿਆਂ ਦਾ ਜਥਾ ਪਹੁੰਚਿਆ ਹੋਇਆ ਹੈ। ਥੋੜ੍ਹੀ ਹੀ ਦੇਰ ਬਾਅਦ ਉਹ ਸਟੇਟ 'ਤੇ ਆਪ ਜੀ ਨੂੰ ਕਵੀਸ਼ਰੀ ਰਾਹੀਂ ਨਿਹਾਲ ਕਰਨਗੇ। ਆਪ ਸਭ ਉਹ ਸਾਧ ਸੰਗਤ ਜੀ ਨੂੰ ਪਤਾ ਹੀ ਹੈ ਕਿ ਹਰ ਸਾਲ ਇਸ ਸਥਾਨ 'ਤੇ ਧੰਨ 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 ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਕਾਰਯੋਗ ਬਾਬਾ ਸਤਨਾਮ ਸਿੰਘ ਜੀ ਸਮੂਹ ਇਲਾਕਾ ਨਿਵਾਸੀ ਦੇ ਸੰਯੋਗ ਦੇ ਨਾਲ ਇਹ ਤਿੰਨਾਂ ਦਿਨਾਂ ਦੇ ਦੀਵਾਨ ਉਡੀਕੇ ਜਾਂਦੇ ਹਨ। ਅੱਜ ਪਹਿਲੇ ਦੀਵਾਨ ਦੀ ਪ੍ਰੰਭਤਾ ਹੋਈ ਹੈ, ਜਿਸ ਵਿੱਚ ਆਪ ਜੀ ਦੇ ਸਾਹਮਣੇ ਬੁਲਾਰੇ ਹਰਜਸ ਕੀਰਤਨ ਵਿਖਿਆਨ ਕਰ ਰਹੇ ਹਨ। ਹੁਣ ਆਪ ਜੀਆਂ ਦੇ ਸਾਹਮਣੇ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਮਹਿੰਦੀਪੁਰ ਪੰਜਾਬ ਤੋਂ ਕਵੀਸ਼ਰੀ ਜਥਾ ਹਾਜ਼ਰੀ ਭਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।